ਪੰਜਾਬੀਆਂ ਦੀ ਧਰਤੀ ਹੈ ਤੇ ਪਹਿਲਾ ਟੱਪਾ ਪਵਾ ਕੇ ਕਿਹਨੇ ਧਰ ਧਰ ਕਰਵਾਉਣੀ ਹੈ ਇਹ ਵੀ ਸਮੇਂ ਦੀ ਗੱਲ ਹੈ ਧੰਨ ਗੱਭਰੂ ਜੋ ਬਾਂਦੇ ਸੰਗਾਰੇ ਮੈਦਾਨਾਂ ਦੇ ਵੇਖ ਫੁੱਲਾਂ ਬਾਂਹ ਕਿਵੇਂ ਚਿਹਰੇ ਹੱਸਦੇ ਜਵਾਨਾਂ ਦੇ ਕਹੇ ਬੂਟਾ ਨਸ਼ਿਆਂ ਦੀ ਲੱਤ ਮਾਈਕਲ ਨਹੀਂ ਹੈਗਾ ਵੀਰੇ ਭੁੱਲ ਕੇ ਵੀ ਲਾਉਣੀ ਨਾ ਮੱਲਾ ਮਾਰ ਲੈ ਜਵਾਨਾ ਤੇ ਜਵਾਨੀ ਬਾਰ ਬਾਰ ਆਉਣੀ ਨਾ ਓ ਮੱਲਾ ਮਾਰ ਲਾ ਜਵਾਨਾ ਤੇ ਜਵਾਨੀ ਵਾਰੀ ਵਾਰੀ ਆਉਣੀ ਨਾ ਲਓ ਸਾਹਮਣੇ ਉਧਰਲੇ ਪਾਸੇ ਢਾਬਾ ਵਾਲਾ ਆਪਣਾ ਕੰਮ ਕਰੀ ਆਉਣਾ ਢਾਬਾ ਵਾਲਾ ਪਹਿਲੀ ਮੋਹਰ ਲਾ ਗਿਆ ਵਿਸ਼ਟ ਵਾਲੀ ਢਾਬਾ ਵਾਲਾ ਪਹਿਲੀ ਮੋਹਰ ਲਾ ਗਿਆ ਵਿਸ਼ਟ ਵਾਲੀ ਕਮਾਲ ਕਰ ਦਿੱਤੀ ਹੈ ਮੁੰਡੇ ਨੇ ਐਨ ਕੱਲੀ ਕੱਲੀ ਮੋਹਰ ਲੱਗ ਰਹੀ ਹੈ ਤੇ ਨੰਬਰ ਦੂਜਾ ਢਾਬਾ ਵਾਲੇ ਨੇ ਜੋੜ ਦਿੱਤਾ ਹੈ ਢਾਬਾ ਵਾਲਾ ਕਹਿੰਦਾ ਵੀ ਸਾਡਾ ਲੱਕ ਹੈ ਕਿਹੜਾ ਮਾਰ ਕੇ ਖੰਗੂਰਾ ਸੁੱਤਾ ਨੰਗ ਜੂ ਬੇਲੀਆਂ ਦੇ ਪਿੰਡ ਵਿੱਚ ਦੀ ਆਓ ਵਾਕਿਆ ਐਨ ਬੇਲੀਆਂ ਦੇ ਪਿੰਡ ਵਿੱਚ ਦੀ ਢਾਬਾ ਵਾਲਿਆ ਜੇ ਵਿਗੜ ਗਏ ਨਾ ਇਹਨਾਂ ਨੂੰ ਸਾਧਣਾ ਬਹੁਤ ਔਖਾ ਆ ਪੰਜਾਬ ਵਾਲਾ ਸੁਧੀਰਾ ਮੇਰੇ ਮਿੱਤਰੋ ਆਓ ਕੱਲੇ ਕੱਲੇ ਦਰਸ਼ਕ ਦੀ ਅੱਖਾਂ ਦਾ ਤਾਰਾ ਇੱਕ ਤੋਪ ਦਾ ਮਾਲਾ ਵੱਡੀਆਂ ਵੱਡੀਆਂ ਟੀਮਾਂ ਦੀ ਆਓ ਚਾਰ ਤੇ ਬਣ ਜਾਂਦੀ ਆ ਜਦੋਂ ਇਹ ਟੀਮ ਦੇ ਕਿਸੇ ਦੇ ਵਿਰੁੱਧ ਖੇਡਦਾ ਤੇ ਕਈਆਂ ਟੀਮਾਂ ਦੇ ਆਓ ਚਾਰ ਤੇ ਬਣ ਜਾਂਦੀ ਆ ਉਹ ਵੱਡੀਆਂ ਵੱਡੀਆਂ ਟੀਮਾਂ ਦੀ ਲੰਬ ਲਵਾ ਦਿੰਦਾ ਵਾਹ ਮੁੰਡਿਆ ਉਧਰ ਕਹਿੰਦੇ ਢਾਬਾ ਵਾਲਾ ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ ਜੇ ਮੁੰਡਾ ਵਿਗੜ ਗਿਆ ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਇੱਕ ਇੱਕ ਨੰਬਰ ਕਹਿੰਦੇ ਬੜਾ ਕੀਮਤੀ ਹੈ ਇਸ ਮੈਚ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ 25 ਤੇ 15 ਦੀ ਗੱਲ ਹੈ ਆਓ 40,000 ਦਾ ਮੈਚ ਕਹਿੰਦੇ ਫਾਈਨਲ ਖੇਡਿਆ ਜਾ ਰਿਹਾ ਗੱਲ ਛੋਟੇ ਤੇ ਵੱਡੇ ਲਫਾਫੇ ਦੀ ਹੈ ਨੰਬਰ ਜ਼ਿਲ੍ਹੇ ਮਾਨਸਾ ਦੇ ਖਾਤੇ ਜੁੜਦਾ ਹੋਇਆ ਆਓ ਕਹਿੰਦੇ ਜ਼ਿਲ੍ਹੇ ਮਾਨਸਾ ਦੀਆਂ ਗੱਲਾਂ ਹੁੰਦੀਆਂ ਵੱਡੀਆਂ ਟੀਮਾਂ ਪਰ ਆ ਮੁੰਡੇ ਨੂੰ ਝੰਝਾਰ ਕਹਿੰਦੀ ਹੈ ਦੁਨੀਆ ਬਾਲ ਆਊਟ ਮਾਰ ਬੈਠਾ ਹੈ ਪੰਜਾਬੀ ਵਾਲਾ ਤਿਆਰ ਹੈ ਮਸ਼ੀਨ ਵੀ ਜਿੱਤੀ ਹੈ ਮੁੰਡੇ ਨੇ ਐਲਈਡੀ ਵੀ ਜਿੱਤੀ ਹੈ ਕਹਿੰਦੇ ਨਾਮ ਬਹੁਤ ਵੱਡਾ ਹੈ ਪਰ ਢਾਬਾ ਵਾਲਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਹਿੰਦੇ ਵਾਲੀਆ ਪਰਮ ਗਲਤੀ ਕਰ ਗਿਆ ਹੈ ਇੱਕ ਇੱਕ ਗਲਤੀ ਵਿਸ਼ਟਾਂ ਤੋਂ ਦੂਰ ਕਰ ਸਕਦੀ ਹੈ ਇੱਕ ਇੱਕ ਗਲਤੀ ਕਹਿੰਦੇ ਵਿਸ਼ਟਾਂ ਤੋਂ ਦੂਰ ਕਰ ਸਕਦੀ ਹੈ ਨਸ਼ਿਆਂ ਚੋਂ ਨਸ਼ਾ ਕਹਿੰਦੇ ਸਮੈਕ ਦਾ ਮਾੜਾ ਮਾੜਾ ਇਸ਼ਕ ਹੈ ਜਨਾਨੀਆਂ ਦਾ ਪਾਪੀ ਬੰਦੇ ਨੂੰ ਲਾਮਤਾਂ ਜਗ ਦਿੰਦਾ ਹੈ ਲੋਕ ਕਰਦੇ ਨੇ ਮਾਣ ਭਗਤਾਂ ਤੇ ਦਾਨੀਆਂ ਦਾ ਹੱਦ ਤੋਂ ਵੱਧ ਬੰਦਾ ਗਰੀਬ ਮਾੜਾ ਬਹੁਤਾ ਪੈਸਾ ਵੀ ਮੂੜ ਹੈ ਪਰੇਸ਼ਾਨੀਆਂ ਦਾ ਰਾਜ ਲਹਿੜੀ ਵਾਲਾ ਸੱਜ ਕੇ ਐ ਸਾਰੇ ਤੂੰ ਵੀ ਪੂਰਾ ਮਾਣ ਲੈ ਨਿੱਘ ਜਵਾਨੀਆਂ ਦਾ ਜਵਾਨੀ ਦਾ ਨਿੱਘ ਹੈ ਜਵਾਨੀ ਵੀ ਬਹਾਰ ਹੈ ਆ ਬਾਬਾ ਚੈਨੇ ਵਾਲੀਆ ਮਰਜੀਤੀ ਕਹਿੰਦੇ ਫੌਜ ਵਿੱਚ ਭਰਤੀ ਹੋ ਗਿਆ ਆਓ ਢਾਬਾ ਵਾਲਾ ਤਿਆਰ ਹੈ ਰੂਪਨਗਰੀਆ ਪਾਰਸ ਵੀ ਆਇਆ ਹੋਇਆ ਐਨ ਭਾਈਆਂ ਤੋਂ ਬਲਕੇ ਪਿਆਰ ਹੈ ਤੇਰੀ ਮੇਰੀ ਇੱਕ ਜ਼ਿੰਦਗੀ ਆਓ ਦੇਖਣ ਨੂੰ ਦੋ ਲੱਗਦੇ ਐਨ ਮੁੰਡਿਆਂ ਦਾ ਕਹਿੰਦੇ ਪਿਆਰ ਬੜਾ ਹੈ ਤੇ ਵਾਹਿਗੁਰੂ ਇੱਡੀ ਪਿਆਰ ਬਣਾਈ ਰੱਖੇ ਆਗਾ ਬਾਬਾ ਕਰਨਾ ਸੂਰ ਖਰਾਬਾ ਹੋਜੂ ਖੂਨ ਖਰਾਬਾ ਲਓ ਚੈਨੇ ਪਾਪਾ ਤਗੜੀਆਂ ਵਾਲਾਂ ਮਾਰੀ ਜਾਂਦਾ ਚੈਨੇ ਵਾਲੀਆ ਫਾਂਟ ਚੋਂ ਅੱਜ ਜਾਨਦਾਰ ਨੰਬਰ ਦਾ ਵਾਧਾ ਕਰ ਦਿੱਤਾ ਹੈ ਲਵੇ ਸੂਰਜਾ ਤਿਆਰ ਹੈ ਤਾਂ ਬੜਾ ਸਰਵੇ ਕਰਨ ਦੇ ਲਈ ਹਾਰ ਉਧਰਲੇ ਪਾਸੇ ਖੇਡਦੇ ਮੈਦਾਨ ਦੇ ਵਿੱਚ ਬੜਾ ਤਗੜਾ ਮੈਚ ਖੇਡਿਆ ਜਾ ਰਿਹਾ ਹੈ ਹਾਰ ਵੱਡਾ ਧੰਨਵਾਦ ਆ ਕਲੱਬ ਵਾਲੇ ਵੀਰਾਂ ਦਾ ਔਰ ਨਾਲ ਹੀ ਜੋਬਨ ਵੀਰ ਦਾ ਬਹੁਤ ਵੱਡਾ ਧੰਨਵਾਦ ਆ ਭਰਾ ਨੇ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਇੱਕ ਵਾਲੀਬਾਲ ਦਾ ਅੱਜ ਟੌਪ ਦਾ ਕੱਚੀ ਦਾ ਵੱਡਾ ਮੇਲਾ ਕਰਾਇਆ ਔਰ ਨਾਲ ਹੀ ਉਧਰਲੇ ਪਾਸੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਭਰਾਵਾਂ ਸਾਡਿਆਂ ਦਾ ਜਿਨ੍ਹਾਂ ਵੀਰਾਂ ਨੇ ਇੱਕ ਕਹਿੰਦੇ ਟਰੋਫੀਆਂ ਦੀ ਉਹ ਵੱਡੀ ਗੱਲਬਾਤ ਟਿਕਾਣੇ ਲਈ ਸਾਰੀ ਜ਼ਿੰਮੇਵਾਰੀ ਸਾਂਭੀ ਆ ਦੋਵੀਆਂ ਵੀਰਾਂ ਨੂੰ ਸਾਡੇ ਉਹ ਕਹਿੰਦੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਵੱਡਾ ਸਹਿਯੋਗ ਦਿੱਤਾ ਸਾਰੀ ਜਿੰਨੀ ਵੀ ਪ੍ਰਬੰਧਕੀ ਕਮੇਟੀ ਮਿੱਤਰ ਮੰਡਲੀ ਨਾਲ ਮੈਂ ਦਿਲੋਂ ਵੱਡਾ ਧੰਨਵਾਦ ਕਰਾਂਗਾ ਆਹ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਉਹ ਟੌਪ ਦਾ ਮੈਚ ਖੇਡਿਆ ਜਾ ਰਿਹਾ ਟੀਮਾਂ ਦੋਵਾਂ ਦਾ ਐਨ ਕਹਿੰਦੇ ਰੁਤਬਾ ਵੱਖਰਾ ਪੰਜਾਬ ਵਾਲਾ ਸੁਧੀਰ ਗਲਤੀ ਕਰ ਬੈਠਾ ਟੀਮ ਆਪਣੀ ਦੇ ਲਈ ਲੈ ਵੀ ਯਾਰਾ ਕਰ ਗੱਲ ਸੂਰਜ ਮੁੰਡਿਆਂ ਦੀ ਅਗਲੀ ਸਰਵਿਸ ਕਰਨ ਦੇ ਲਈ ਮੁੰਡਾ ਕਹਿੰਦੇ ਝੁਝਾਰ ਮੇਰੇ ਮਿੱਤਰੋ ਐਨ ਕਹਿੰਦੇ ਚੈਨੇ ਵਾਲ ਦੀ ਧਰਤੀ ਦਾ ਖਿਡਾਰੀ ਕਹਿੰਦੇ ਪਿਆਰ ਬੜਾ ਪਿਆਰ ਹੈ ਮੁੰਡਿਆਂ ਦਾ ਆਪਸੀ ਪਿਆਰ ਵੀ ਬੜਾ ਹੈ ਤੇ ਯਾਰੀ ਵੀ ਕਹਿੰਦੇ ਪੱਕੀ ਹੈ ਪਰ ਅੱਜ ਕਹਿੰਦੇ ਮੁੰਡੇ ਉਹ ਸੱਜਣ
ਸ਼ਰੀਕ ਬਣ ਕੇ ਖੜ ਗਏ ਨੇ ਵੀ ਪੱਲੀਏ ਬਣਾਂਗੇ ਝਾਂਜਰ ਤੇਰੀ ਉਹ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾ ਨੇ ਕੋਕਾ ਬਣਨਾ ਉਹ ਜਾਂ ਬਣ ਜਾਣਾ ਸੁਰਮਾ ਨਹੀਂ ਤਾਂ ਪੱਕੇ ਬਣ ਜਾਵਾਂਗੇ ਗਾਨੀ ਤੇਰੀ ਦੇ ਮਣ ਕੇ ਤੇ ਅੱਜ ਤੈਨੂੰ ਟੱਕਰਾਂਗੇ ਵੀ ਸੱਜਰੇ ਉਹ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਉਹ ਸੱਜਰੇ ਸ਼ਰੀਕ ਤੇਰੇ ਬਣ ਕੇ ਬਾਕੀ ਕਹਿੰਦੇ ਮੇਰੇ ਮਿੱਤਰੋ ਸੱਜਰੇ ਸ਼ਰੀਕ ਬਣ ਕੇ ਖੜ ਗਏ ਨੇ ਮੁੰਡੇ ਤੇ ਚਰਚੇ ਜਿਹੜੇ ਦੋਵਾਂ ਟੀਮਾਂ ਦੇ ਵੱਡੇ ਨੇ ਅੱਜ ਦੇ ਇਸ ਵੱਡੇ ਖੇਡ ਮੇਲੇ ਦਾ ਲਾਸਟ ਮੈਚ ਫਾਈਨਲ ਮੈਚ ਦੀਆਂ ਗੱਲਾਂ ਬਾਤਾਂ ਨੇ ਕਿਹੜੀ ਉਹ ਭਾਗਾਂ ਵਾਲੀ ਟੀਮ ਹੋਊਗੀ ਜਿਵੇਂ ਪਹਿਲੇ ਮੁੰਡੇ ਭਾਈ ਨੇ ਗੱਲ ਕੀਤੀ ਹੈ ਲਫਾਫੇ ਛੋਟੇ ਤੇ ਵੱਡੇ ਦੀ ਗੱਲ ਹੈ ਕਿਹੜੀ ਉਹ ਭਾਗਾਂ ਵਾਲੀ ਟੀਮ ਹੋਊਗੀ ਜਿਹਨੇ ਕਹਿੰਦੇ 25,000 ਦੀ ਜਿਹੜੀ ਮੋਹਰ ਲਾਉਣੀ ਹੈ ਤੇ ਕਿਹੜੀ ਉਹ ਭਾਗਾਂ ਵਾਲੀ ਟੀਮ ਹੋਊਗੀ ਜਿਹਨੇ ਮੇਰੇ ਮਿੱਤਰੋ 15,000 ਦੀ ਜਿਹੜੀ ਉਹ ਬੱਲੇ ਬੱਲੇ ਕਰਵਾਉਣੀ ਹੈ ਵੱਡੇ ਜਿਹੜੇ ਪ੍ਰਬੰਧ ਨੇ ਤੇ ਵੱਡੀ ਜਿਹੜੀ ਮੁਬਾਰਕਬਾਦ ਹੈ ਸਾਡੇ ਵੀਰਾਂ ਨੂੰ ਮੇਲਾ ਤੁਹਾਡਾ ਸਫਲਤਾ ਵੱਲੋਂ ਜਿਹੜਾ ਵੱਧ ਰਿਹਾ ਹੈ ਤੇ ਮੇਲਾ ਜਿਹੜਾ ਤੁਹਾਡਾ ਸਫਲ ਹੈ ਵੀਰੇ ਬਹੁਤ ਸੋਹਣਾ ਮੈਚ ਆਪਾਂ ਵੇਖ ਰਹੇ ਹਾਂ ਅਗਲੀ ਸਰਵਿਸ ਕਰਨ ਦੇ ਲਈ ਮੁੰਡਾ ਫਿਰ ਤੇ ਜੁਝਾਰ ਮੇਰੇ ਮਿੱਤਰ ਜ਼ਿਲ੍ਹੇ ਮਾਨਸਾ ਦੀ ਧਰ ਚਾਨਿਆਲ ਦੀ ਟੀਮ ਜਿਹੜੀ ਖੇਡ ਰਹੀ ਹੈ ਵੱਡੇ ਖਿਡਾਰੀ ਵੱਡੀ ਜਿਹੜੀ ਟੱਕਰ ਖੇਡੀ ਜਾ ਰਹੀ ਹੈ ਵੀ ਭੱਜ ਜਾਣ ਨੂੰ ਇੱਕੋ ਜੇ ਵਾਣ ਮਿੱਤਰੋ ਆਓ ਅੱਜ ਟੱਕਰ ਆ ਰਹੇ ਹਾੜੀਆਂ ਨੂੰ ਹਾੜ ਮਿੱਤਰੋ ਵੀ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਆ ਧੁੰਦ ਪੈ ਗਈ ਜਾਂਡਾਲੀ ਵਾਲੇ ਦੇ ਮੇਲੇ ਦੇ ਵਾਲੀਬਾਲ ਕੱਪ ਦੀ ਜ਼ਿਲ੍ਹੇ ਫਾਜ਼ਿਲਕਾ ਦਾ ਅੱਜ ਇੱਕ ਵੱਡਾ ਮੇਲਾ ਔਰ ਚੋਟੀ ਚੋਟੀ ਦੀਆਂ ਟੀਮਾਂ ਖੇਡੀਆਂ ਤੇ ਆ ਦੋ ਫਾਈਨਲ ਖੇਡ ਰਹੀਆਂ ਫੇਰ ਕਹਿੰਦੇ ਔਰ ਫਾਈਨਲ ਤੋਂ ਬਾਅਦ ਟਰਾਫੀਆਂ ਵੰਡੀਆਂ ਜਾਣੀਆਂ ਚੋਣ ਹੋਣੀ ਖਿਡਾਰੀਆਂ ਦੀ ਵੀ ਕਿਹੜਾ ਖਿਡਾਰੀ ਅੱਜ ਇਸ ਵੱਡੇ ਮੇਲੇ ਦਾ ਬੈਸਟ ਪ੍ਰਾਈਜ਼ ਦਾ ਮਾਲਕ ਆ ਫਸਟ ਦਾ ਔਰ ਕਹਿੰਦੇ ਬੈਸਟ ਪ੍ਰਾਈਜ਼ ਦਾ ਬੈਸਟ ਨੈਟਮੈਨ ਔਰ ਬੈਸਟ ਟੱਕਰ ਦੀਆਂ ਗੱਲਾਂ ਬਾਤਾਂ ਵੱਖਰੀਆਂ ਹੋ ਰਹੀਆਂ ਮੇਰੇ ਮਿੱਤਰੋ ਔਰ ਕਹਿੰਦੇ ਸਮਾਂ 2:50 ਦਾ ਜਿਹੜਾ ਹੋ ਚੁੱਕਾ ਆਪਾਂ ਘੜੀ ਦੇ ਵੱਲ ਨਜ਼ਰ ਮਾਰੀਏ ਤੇ ਆਓ 2:50 ਹੋ ਗਿਆ ਵੀ ਬੂਟੀ ਸ਼ਿਵਾ ਦੀ ਜਦੋਂ ਇਹ ਕੰਮ ਕਰਦੀ ਆਓ ਬੰਦਾ ਜੋਸ਼ ਵਿੱਚ ਬੰਮ ਬੰਮ ਬੋਲੇ ਕੀੜੀ ਪਾਉਂਦੀ ਆ ਖੈਬ ਟਕਰਾ ਹੋਇਆ ਪਰਿਵਾਰ ਦਾ ਥੰਮ ਬੋਲੇ ਜੋੜੇ ਜੀ ਭਾਵੇਂ ਆ ਬੇਜ਼ਬਾਨ ਰਹਿੰਦਾ ਆ ਮਰਿਆ ਹੋਇਆ ਪਸ਼ੂ ਦਾ ਚੰਬ ਬੋਲੇ ਆਉਣਾ ਪੱਲਾ ਦਾ ਤਦੋਂ ਸਵਾਲ ਸਾਈਆ ਬੰਦਾ ਚੁੱਪ ਰਹੇ ਤੇ ਬੰਦੇ ਦਾ ਕੰਮ ਬੋਲੇ ਆਉਣਾ ਪੱਲਾ ਦਾ ਤਦੋਂ ਸਵਾਲ ਢਲਵਾ ਵੀ ਬੰਦਾ ਚੁੱਪ ਰਹੇ ਤੇ ਬੰਦੇ ਦਾ ਕੰਮ ਬੋਲੇ ਲਓ ਸਾਹਮਣੇ ਸਕੋਰ ਕਰਦੇ ਆ ਬੰਦਾ ਵੇਟ ਸੁੱਖ ਵੀਰੇ ਤਗੜਾ ਬਣਿਆ ਹੋਇਆ ਚਾਰ ਤੇ ਚਫੇਰੇ ਆ ਰੱਬ ਰੂਪੀ ਸੰਗਤ ਦਾ ਪਿਆਰ ਬੜਾ ਔਰ ਦਰਲੇ ਪਾਸੇ ਜਿੰਨੀ ਮਿੱਤਰ ਮੰਡਲੀ ਆ ਧੰਨਵਾਦ ਆ ਸਾਰਿਆਂ ਭਰਾਵਾਂ ਦਾ ਔਰ ਇੱਕ ਗੱਲ ਹੈ ਯਾਰ ਅੱਜ ਆਪਾਂ ਸਾਰਿਆਂ ਭਰਾਵਾਂ ਨੇ ਪ੍ਰਸ਼ਾਦਾ ਪਾਣੀ ਵੀ ਛਕਿਆ ਚਾਹਦਾ ਲੰਗਰ ਵੀ ਛਕਿਆ ਤੇ ਅੱਜ ਆ ਪ੍ਰਬੰਧ ਵਧੀਆ ਲੱਗਿਆ ਇੱਕ ਤਾੜੀ ਮਾਰੋ ਯਾਰ ਪ੍ਰਬੰਧਕੀ ਕਮੇਟੀ ਦੇ ਲਈ ਮੈਂ ਬਹੁਤ ਵੱਡਾ ਧੰਨਵਾਦ ਕਰਦਾ ਵੀ ਧੁੱਕੀ ਕਰਦੀ ਢਲੋ ਬਾਈ ਪ੍ਰਬੰਧਾਂ ਵਾਲੀ ਗਰਾਊਂਡਾਂ ਵੱਲ ਨਜ਼ਰ ਮਾਰੀਏ ਤੇਣ ਵੇਖਿਆ ਭੁੱਖ ਲੈਂਦੀ ਆ ਤਿੰਨ ਗਰਾਊਂਡ ਤਿਆਰ ਕੀਤੇ ਆ ਤੇਣ ਗੱਲਾਂ ਲਾਈਆਂ ਟਿਕਾਣੇ ਖੇਡ ਦੇ ਮੈਦਾਨਾਂ ਦੀਆਂ ਗੱਲਾਂ ਬਾਤਾਂ ਕਰੀਏ ਤੇ ਔਰ ਸਾਹਮਣੇ ਅਗਲੇ ਪਾਸੇ ਆ ਸੋਹੀਤਾ ਢਾਬਾ ਵਾਲਾ ਟੋਪ ਦਾ ਮਾਲਾ ਚੋਟੀ ਦਾ ਮਾਲਾ ਵੱਡੀਆਂ ਵੱਡੀਆਂ ਟੀਮਾਂ ਵੀ ਉਹ ਕਿਵੇਂ ਜਾਣ ਤੇ ਬਣਦੀ ਆ ਜਦੋਂ ਆ ਖਿਡਾਰੀ ਗਰਾਊਂਡਾਂ ਦੇ ਵਿੱਚ ਪੈਰ ਧਰਦਾ ਜਿਵੇਂ ਉਹ ਕਿਵੇਂ ਗੱਲਾਂ ਲਾਉਂਦਾ ਮੁੰਡਾ ਟਿਕਾਣੇ ਜਿਵੇਂ ਕਿਤੇ ਮਰੀਸ਼ ਪੁਰੀ ਦੀ ਐਂਟਰੀ ਹੁੰਦੀ ਨਾ ਫਿਲਮ ਚ ਓਦਾਂ ਡਰ ਡਰ ਉਹ ਖਿਡਾਰੀ ਵੇਖਦੇ ਡਰਦੇ ਖਿਡਾਰੀ ਥਰ ਥਰ ਕੰਬਦੇ ਆ ਲਾਵੀ ਸੂਰਜ ਨੰਬਰ ਪੁੱਛਿਆ ਰਾ ਕਿੰਨੇ ਕਿੰਨੇ ਹੋਵੇ ਆਪਾਂ ਦੱਸੀਏ ਬਾਹਰ ਬੈਠੇ ਲੋਕਾਂ ਨੂੰ ਨੰਬਰ ਕਿੰਨੇ ਕਿੰਨੇ ਹੋਵੇ ਹੈਲੋ ਕਿੰਨੇ ਹੋਵੇ ਗੁਰਬਾਸ ਜੀ ਚਾਰ ਚਾਰ ਜੀ ਪੰਜ ਪੰਜ ਜੀ ਪੰਜ ਪੰਜ ਦੀ ਬਰਾਬਰ ਪੰਜ ਬਰਾਬਰ ਸਕੋਰ ਆ ਜੀ ਪੰਜ ਬਰਾਬਰ ਵੀਰੇ ਵਿਕਾਸ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਜਿਹੜਾ ਵੀਰ ਰੈਫਰੀ ਦੀਆਂ ਜਿਹੜੀਆਂ ਸਲਾਮਾਂ ਨਿਭਾ ਰਿਹਾ ਫਾਈਨਲ ਮੈਚ ਦੇ ਵੱਡੇ ਚਰਚੇ ਨੇ ਨੰਬਰ 6-5 ਹੋ ਗਏ ਜੀ 6-5 ਬਈ ਬਹੁਤ ਤਕੜਾ ਫਾਈਨਲ ਹੈ 6-5 ਪੰਜ ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਬਹੁਤ ਸੋਹਣਾ ਮੈਚ ਸਿਰੇ ਦੀ ਟੱਕਰ ਜਿਹੜੀ ਖੇਡੀ ਜਾ ਰਹੀ ਹੈ ਦੋਵਾਂ ਟੀਮਾਂ ਦੇ ਦਰਮਿਆਨ ਵੀ ਟੱਕਰ ਹੋ
ਜੋਗੀ ਸ਼ੇਰਾਂ ਦੀ ਖੜਕੇ ਵੇਖੂ ਕੁੱਲ ਜਮਾਨਾ ਤੇ ਕੱਪ ਉਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆ ਉਹ ਫੁੱਟਾ ਪੱਟਾ ਦੇ ਵਿੱਚ ਜਾਣਾ ਮੇਰੇ ਮਿੱਤਰੋ ਗੱਲਬਾਤ ਜਿਹੜੀ ਉਹ ਜਾਨਾਂ ਦੀ ਹੋਣੀ ਹੈ ਕਿਹਨੇ ਮਿਹਨਤ ਕੀਤੀ ਹੈ ਕਿਹਨੇ ਮੇਰੇ ਮਿੱਤਰੋ ਇਹਨਾਂ ਕਰੋਨਾ 'ਚ ਜਿਹੜਾ ਖੂਨ ਪਸੀਨਾ ਵਹਾਇਆ ਤੇ ਚਰਚੇ ਜਿਹੜੇ ਕਰਵਾਏ ਨੇ ਤੇ ਬਾਲ ਜਿਹੜੀ ਮੇਰੇ ਖਿਆਲ 'ਚ ਆਊਟ ਹੈ ਜੀ ਆਊਟ ਹੈ ਤੇ ਸਫਲਤਾ ਫਿਰ ਤੋਂ ਜਿਹੜੀ ਉਹ ਮੰਡੀ ਸ਼ਰਮਾ ਕਲਬ ਚੈਨੇਵਾਲ ਦੀ ਟੀਮ ਦੇ ਹਿੱਸੇ ਜਾ ਜੁੜ ਗਈ ਹੈ ਬਹੁਤ ਵਧੀਆ ਮੈਚ ਜਿੰਨੇ ਵੀ ਆਸੇ ਪਾਸੇ ਰੱਬ ਰੂਪੀ ਜਿਹੜੀ ਸੰਗਤ ਬੈਠੀ ਹੈ ਸਾਰੇ ਵੀਰਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਧਰਤੀ ਮੇਰੇ ਮਿੱਤਰੋ ਜੰਡ ਵਾਲੇ ਮੀਰੇ ਸਾਹਮਣੇ ਦੀ ਧਰਤੀ ਜਿਸ ਪਿੰਡ ਦੇ ਵਿੱਚ ਉਹ ਵੱਡਾ ਖੇਡ ਮੇਲਾ ਜਿਹੜਾ ਖੇਡਿਆ ਜਾ ਰਿਹਾ ਹੈ ਸੁਨਹਿਰੀ ਪਰਤ ਜਿਹੜੀ ਉਹ ਚਾੜੀ ਜਾ ਰਹੀ ਹੈ ਇਤਿਹਾਸ ਕਹਿੰਦੇ ਸਿਰਜਿਆ ਜਾ ਰਿਹਾ ਹੈ ਖੇਡ ਦੇ ਮੈਦਾਨ ਦੇ ਵਿੱਚ ਦੋਵੇਂ ਟੀਮਾਂ ਉਹ ਜਿੱਤਣ ਦੇ ਲਈ ਜ਼ੋਰ ਲਾ ਰਹੀਆਂ ਨੇ ਜੂਝ ਰਹੀਆਂ ਨੇ ਖੇਡ ਮੈਦਾਨ ਦੇ ਵਿੱਚ ਵੀ ਭੇਟ ਚਿੱਟੇ ਵੀ ਚੜਾਤਾ ਕੀ ਪੁੱਤ ਨੇ ਕੜਾ ਲੱਭੇ ਨਾ ਸੰਦੂਖਾਂ ਵਾਲੀ ਟੂਬ ਚੋਂ ਸੁੱਖ ਦੇ ਸੰਕੇਤ ਨਹੀਂ ਉਹ ਜਾਪਦੇ ਹੈੱਡਫੋਨ ਲੱਭੇ ਉਹ ਨੂੰ ਦੇ ਬਾਥਰੂਮ ਚੋਂ ਤੀਵੀ ਜਾਤ ਨੇ ਸ਼ਰਮ ਕਿੱਲੇ ਟੰਗਦੀ ਉਹ ਮੁੰਡਾ ਅੱਕਿਆ ਨਾ ਕਿਤੇ ਮੋਨੋ ਪੀਗੇ ਹੋਏ ਤੇ ਰੱਬ ਨੂੰ ਚਲਾਕ ਪੀੜੀ ਚਾਰਦੀ ਉਹ ਲੱਡੂ ਪਾਈਆ ਦੇ ਕੇ ਭਾਲਦੀ ਹੋਏ ਬੀਜੇ ਹੋਏ ਰੱਬ ਨੂੰ ਚਲਾਕ ਪੀੜੀ ਚਾਰਦੀ ਆਓ ਪਾਈਆ ਲੱਡੂ ਦੇ ਕੇ ਭਾਲਦੀ ਆ ਵੀਰੇ ਹੋਏ ਰੱਬ ਨੂੰ ਚਲਾਕ ਪੀੜੀ ਚਾਰਦੀ ਆ ਕਹਿਣ ਸੂਰਜ ਨੇ ਗੱਲਾਂ ਲਾ ਦੀਆਂ ਟਿਕਾਣੇ ਔਰ ਸਾਹਮਣੇ ਇਧਰਲੇ ਪਾਸੇ ਆਓ ਕਿਵੇਂ ਮੁੰਡਾ ਵਿਕਾਸ ਕੁਰਸੀ ਚੱਕ ਕੇ ਉਧਰਲੇ ਪਾਸੇ ਆ ਗਿਆ ਥੋੜਾ ਪਹਿਰਾਵੇ 'ਚ ਬਦਲਾਵ ਆ ਗਿਆ ਔਰ ਸਾਹਮਣੇ ਲੱਗਾ ਹੋਇਆ ਜ਼ੋਰ ਆ ਔਰ ਇਧਰਲੇ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਮੈਚ ਕਹਿੰਦੇ ਤਗੜਾ ਬਣ ਗਿਆ ਔਰ ਬੈਸਟਾਂ ਦੇ ਲਈ ਵੱਡੇ ਮਾਣ ਸਨਮਾਨ ਹੋਣਗੇ ਵੀ ਬੱਜੀ ਬੱਜੀ ਜ਼ਿੰਦਗੀ ਸੁਧੀਰ ਪੰਜਾਬਾ ਤਗੜੀ ਬਾਲ ਖੇਡਣ ਵਾਲੇ ਨੀ ਲਾਓ ਸਾਹਮਣੇ ਇਧਰਲੇ ਪਾਸੇ ਸੁਧੀਰ ਕੋਸ਼ਿਸ਼ ਕਰਦਾ ਔਰ ਢਾਬਾ ਵਾਲਾ ਮੁੰਡਾ ਕਿਵੇਂ ਸਾਹਮਣੇ ਖੜਾ ਹੋਇਆ ਸਾਰੀ ਟੀਮ ਬੰਨ ਕੇ ਖਿਲਾਰੀ ਪਈ ਆ ਢਾਬਾ ਵਾਲੇ ਨੇ ਸਾਰੀ ਟੀਮ ਬੰਨ ਕੇ ਖਿਡਾਈ ਪਈ ਆ ਔਰ ਸਾਹਮਣੇ ਇਧਰਲੇ ਪਾਸੇ ਮੈਚ ਤਗੜਾ ਬਣ ਗਿਆ ਲਾਗੇ ਹੋਣ ਦਾ ਮੈਚ ਦਾ ਨਜ਼ਾਰਾ ਨੀਰਾ ਮਾਰਾ ਮੋਟਾ ਆ ਤੇ ਲੋਕੋ ਉਹ ਬਾਈਓ ਚੁੱਪ ਜਾ ਰਹੇ ਕਹੋ ਬੈਠੇ ਮਾਲਾ ਯਾਰ ਰੌਲਾ ਰੱਪਾ ਦਾ ਪਾਓ ਬਾਈਓ ਇੱਥੇ ਰੱਖ ਔਰ ਕਿਵੇਂ ਗੱਲਾਂ ਲੱਗਦੀਆਂ ਟਿਕਾਣੇ ਪਿੰਡ ਵਾਲੇ ਮੁੰਡੇ ਹਾਲੇ ਥੋੜੇ ਸ਼ਾਂਤੀ ਜਾ ਢਾਬਾ ਵਾਲਿਆ ਉਹ ਥੋੜਾ ਕੁਝ ਵੱਖਰਾ ਕਰਨਾ ਪੈਣਾ ਲੋਕੀ ਤੇਰਾ ਉਹ ਤੈਨੂੰ ਪਿਆਰ ਕਰਦੇ ਆ ਤੇਰੀ ਖੇਡ ਦੇਖਣ ਦੇ ਲਈ ਮੁੰਡੇ ਆਏ ਨਾ ਗਰਾਊਂਡਾਂ ਦੇ ਵਿੱਚ ਪਰਲੇ ਪਾਸੇ ਸੁਧੀਰ ਖੇਡਦਾ ਉੱਚਾ ਲੰਬਾ ਕਰਦਾ ਮੁੰਡੇ ਦਾ ਔਰ ਸ਼ਾਨਵਾਂ ਜਿਹਾ ਸਰੀਰ ਆ ਪਰ ਹਾਲੇ ਪਤਾ ਕੋਈ ਨੀ ਵੀ ਬੰਦਾ ਦੇ ਬੰਦਾ ਕੀ ਆ ਔਰ ਢਾਬਾ ਵਾਲਾ ਕਾਪਾ ਬਰਾਈ ਤੁਰਿਆ ਆਉਂਦਾ ਉੱਚਾ ਲੰਬਾ ਕਰਦਾ ਮੁੰਡੇ ਦਾ ਤਜਰਬਾ ਬੇਸ਼ੁਮਾਰ ਆ ਪਿੰਡੇ 'ਚ ਆਹ ਮੁੰਡੇ ਦੇ ਐਨ ਕੁੱਟ ਕੁੱਟ ਕੇ ਕਾਮਯਾਬੀ ਦੀ ਔਰ ਰਗ ਰਗ ਕਾਮਯਾਬੀ ਦੀ ਦੌੜਦੀ ਆ ਔਰ ਇਧਰਲੇ ਪਾਸੇ ਲਿਆਵੀ ਵਿਕਾਸ ਨੰਬਰ ਦੱਸੀ ਆ ਰਿਹਾ ਇਧਰ ਕਿੰਨੇ ਕਿੰਨੇ ਨੇ ਦੋਵਾਂ ਟੀਮਾਂ ਦਾ ਬੋਲਬਾਲਾ ਜਿਹੜਾ ਉਹ ਕਿਵੇਂ ਵੱਖਰਾ ਮੇਰੇ ਮਿੱਤਰੋ ਪੰਜ ਸੱਤ ਨੇ ਹੈਲੋ ਪੰਜ ਤੇ ਸੱਤ ਤੇ ਛੇ ਸੱਤ ਇਧਰਲੇ ਪਾਸੇ ਨੇ ਔਰ ਛੇ ਨੰਬਰ ਇਧਰਲੇ ਪਾਸੇ ਨੇ ਆਹ ਬੱਲੇ 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 ਇੱਥੇ ਰੱਖ ਖੇਡ ਮੈਦਾਨ ਦੇ ਵਿੱਚ ਲਵੇ ਪਰਮ ਚੈਨੇ ਵਾਲੀ ਹੈ ਬਿਸ਼ਟ ਵਾਲੀ ਮੋਹਰ ਲਾਦੀ ਹੈ ਆਹ ਜੋਗੀ ਵਾਲੀ ਨੇ ਵੀ ਬਿਸ਼ਟ ਆ ਜੇ ਜੋਗੀ ਵਾਲ ਨੂੰ ਜਾਣੇ ਆ ਗੱਲਾਂ ਸਮੇਂ ਦੀਆਂ ਗੱਲ ਤੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਸਮੇਂ ਦੀ ਹੈ ਸਮਾਂ ਬਲਵਾਨ ਹੈ ਆਓ ਸਮੇਂ ਦੀ ਕਦਰ ਕਰੋ ਚੱਲਦਾ ਆਪਣੀ ਚਾਲ ਸਮੇਂ ਦੀ ਕਦਰ ਕਰੋ ਗੱਲ ਸਮੇਂ ਦੀ ਹੈ ਸਮਾਂ ਚੰਗਾ ਵੀ ਸਮਾਂ ਮਾੜਾ ਵੀ ਅੱਜ ਦੇ ਦੌਰ ਦੇ ਵਿੱਚ ਕਹਿੰਦੇ ਸਮਾਂ ਚੱਲਦਾ ਇਹਨਾਂ ਖਿਡਾਰੀਆਂ ਦਾ ਕੀ ਕੋਈ ਪੁੱਛੇ ਤਾਂ ਕਹਿੰਦੀ ਟਾਈਮ ਸਾਡਾ ਹੀ ਹੈ ਅੱਜ ਟਾਈਮ ਹੈ ਮੁੰਡਿਆਂ ਦਾ
ਜਾਂਦਰ ਮੈਚ ਖੇਡਿਆ ਜਾ ਰਿਹਾ ਹੈ ਤਾਂ ਬਣਿਆ ਤਾਂ ਪਿੰਡ ਆਇਆ ਹੋਇਆ ਜੀ ਤੇਰੀ ਖੇਡ ਦੇਖਣ ਲਈ ਵੀ ਚਰਚੇ ਬੜੇ ਸੋਹਣੇ ਆ ਮੁੰਡੇ ਦੇ ਆਹ ਧਾਬਾ ਨੱਟਾਂ ਗਿਆ ਰਹਿ 21 ਨੰਬਰ ਦੀ ਕਿੱਟ ਪਾਈ ਹੋਈ ਹੈ ਮੁੰਡਾ ਬੜਾ ਸਜਦਾ ਬੜਾ ਫੜਦਾ ਬੜਾ ਪੜ੍ਹਿਆ ਲਿਖਿਆ ਖਿਡਾਰੀ ਹੈ ਔਰ ਕ੍ਰਿਕਟ ਦੇ ਵਿੱਚ ਵੀ ਕਹਿੰਦੇ ਬਹੁਤ ਵੱਡਾ ਨਾਮ ਹੈ ਨਾਮ ਤੇ ਘਰ ਦੇ ਰੱਖ ਦਿੰਦੇ ਹੈ ਪਰ ਬਣਾਉਣੇ ਕਹਿੰਦੇ ਆਪ ਨੂੰ ਪੈਂਦੇ ਹੈ ਨਾਮ ਤੇ ਘਰ ਦੇ ਰੱਖ ਦਿੰਦੇ ਹੈ ਪਰ ਕਹਿਣੇ ਵਾਲੀ ਆ ਬਾਬਾ ਕਹਿੰਦੇ ਫਿਰ ਗਲਤੀ ਕਰ ਗਿਆ ਹੈ ਨੰਬਰ ਜੋਗੀਅਲ ਦੀ ਟੀਮ ਦੇ ਲਈ ਜਾਂਦਾ ਹੋਇਆ ਹੈ ਇੱਕ ਹੋਰ ਸਫਲਤਾ ਦਾ ਵਾਧਾ ਹੋ ਗਿਆ ਹੈ ਲਵਲੀ ਸਰਵੇ ਕਹਿੰਦੇ ਕਰ ਦਿੱਤੀ ਹੈ ਪੰਜਾਬੇ ਵਾਲੇ ਨੇ ਐਨ ਖੇਡ ਮੈਦਾਨ ਦੇ ਵਿੱਚ ਖੜ ਕੇ ਬਰਕੇ ਵਾਲਾ ਮੈਚ ਖੇਡਿਆ ਜਾ ਰਿਹਾ ਹੈ ਟੀਮਾਂ ਵੀ ਬੜੀਆਂ ਕਮਾਲ ਦੀਆਂ ਧੰਨ ਧੰਨ ਕਰਵਾਤੀ ਹੈ ਤੇ ਭੱਜ ਕੇ ਮੁੰਡੇ ਨੂੰ ਥਾਪੀ ਦਿੱਤੀ ਹੈ ਜਿਵੇਂ ਸਿਆਣੀ ਤੀਵੀ ਮੱਝ ਜੋ ਕੇ ਥਾਪੀ ਦਿੰਦੀ ਹੈ ਐਨ ਕਹਿੰਦੇ ਮੁੰਡੇ ਨੂੰ ਥਾਪੀ ਦਿੱਤੀ ਹੈ ਵੀ ਮੁੰਡਿਆ ਤਕੜਾ ਹੋ ਖੇਡ ਮੈਦਾਨ ਦੇ ਵਿੱਚ ਗੱਲਾਂ ਹੋਰ ਹੋਣਗੀਆਂ ਫਾਈਨਲ ਮੈਚ ਹੈ 10,000 ਦਾ ਫਰਕ ਹੈ ਫਰਕ ਵੀ ਕਹਿੰਦੇ ਵੱਡਾ ਹੈ 10,000 ਦਾ ਫਰਕ ਹੈ ਔਰ ਟੱਕਰ ਤਕੜੀ ਹੈ ਦੋਨੋਂ ਟੀਮਾਂ ਦੇ ਦਰਮਿਆਨ ਦੁਨੀਆ ਜੁੜੀ ਹੋਈ ਹੈ ਇਹ ਇਲਾਕਾ ਖੇਡਣ ਨੂੰ ਬੜਾ ਪਿਆਰ ਕਰਦਾ ਹੈ ਸੰਗਤ ਕਹਿੰਦੇ ਵੱਡੀ ਗਿਣਤੀ ਦੇ ਵਿੱਚ ਜੁੜਦੀ ਹੈ ਇਹ ਇਲਾਕੇ ਦੇ ਵਿੱਚ ਜਦੋਂ ਵੀ ਮੈਚ ਹੁੰਦੇ ਹੈ ਦੁਨੀਆ ਬੜਾ ਪਿਆਰ ਕਰਦੀ ਇਹਨਾਂ ਖਿਡਾਰੀਆਂ ਨੂੰ ਅੱਜ ਪਿਆਰ ਦੇ ਸਦਕਾ ਪੰਜਾਬੇ ਵਾਲਿਆ ਤਾੜੀ ਮਾਰੋ ਯਾਰ ਮੁੰਡੇ ਦੇ ਨਾਂ ਤੇ ਕਰਕੇ ਤੋਂ ਲੈ ਕੇ ਬਹੁਤ ਸੋਹਣੀਆਂ ਬਾਲਾਂ ਲਾ ਰਿਹਾ ਬਾਕਿਆਂ ਬਾਲਾਂ ਵੀ ਬਹੁਤ ਸੋਹਣੀਆਂ ਲਾਉਂਦਾ ਵੇ ਕਟਾਪਾ ਵੀ ਬੜਾ ਕਰਦਾ ਇਹ ਹਾਲੇ ਚੁੱਪ ਚਾਪ ਰਿਹਾ ਜੇ ਇਹ ਵਿਗੜ ਗਿਆ ਨਾ ਤੇ ਇਹਨੂੰ ਸੰਭਾਲਣਾ ਬਹੁਤ ਔਖਾ ਔਰ ਲੋਕਾਂ ਦਾ ਪਿਆਰ ਖੱਟਣ ਦੇ ਲਈ ਖਿਡਾਰੀ ਗਰਾਉਂਡਾਂ ਚ ਆਏ ਆਓ ਬੱਲੇ ਆਓ ਬੱਲੇ ਨਾ ਕਰ ਨਾ ਕਰ ਡੁੱਬੜਿਆ ਹੁਣ ਨਾ ਕਰ ਗੱਲਾਂ ਨੇੜੇ ਲੱਗੀਆਂ ਪਈਆਂ ਹੁਣ ਨਾ ਇੱਦਾਂ ਕਰ ਆਓ ਸਾਹਮਣੇ ਅਗਲੀ ਸਰਵੇ ਕਰਨ ਦੇ ਲਈ ਮੁੰਡਾ ਤਿਆਰ ਹੈ ਚੈਣੇ ਵਾਲੀ ਆ ਚੈਣੇ ਵਾਲਾ ਮੀਰਪੁਰ ਲਾਲੇ ਵਾਲੀ ਦਸਾਉਂਦੀ ਹੈ ਚੂੜੀਆ ਬੜੇ ਲਾਗੇ ਲਾਗੇ ਪਿੰਡ ਹੈ ਹੋ ਕਮਾਲ ਕਰ ਗਿਆ ਸੁੱਤੇ ਪਿੰਡ ਦੇ ਸਾਹਮਣੇ ਕਮਾਲ ਕਰ ਗਿਆ ਹੋ ਮੁੰਡਾ ਕਹਿੰਦੇ ਕਮਾਲ ਕਰ ਗਿਆ ਅੱਜ ਤੇ ਬਾਕੀ ਲੋਕਾਂ ਦੇ ਦਿਲ ਜਿੱਤੇ ਹੈ ਖਿਡਾਰੀ ਬਣਨਾ ਕੋਈ ਬੜੀ ਵੱਡੀ ਗੱਲ ਨਹੀਂ ਪਰ ਲੋਕਾਂ ਦੇ ਦਿਲ ਜਿੱਤਣਾ ਗੱਲ ਬਹੁਤ ਵੱਡੀ ਹੈ ਸਾਰਾ ਮੇਲਾ ਤੂੰ ਲੁੱਟਿਆ ਹੋ ਤੈਨੂੰ ਕਿਸੇ ਗੱਭਰੂ ਨੇ ਲੁੱਟ ਲੈਣਾ ਹੈ ਸਾਰਾ ਮੇਲਾ ਤੂੰ ਲੁੱਟਿਆ ਪਰ ਢਾਬਾ ਵੀ ਕਿਸੇ ਗੱਲੋਂ ਘੱਟ ਨਹੀਂ ਜਿੱਤੇ ਚੱਲੇਗਾ ਚੱਲੂਗੀ ਨਾਲ ਤੇਰੇ ਆਓ ਟਿਕਟਾਂ ਦੋ ਲੈ ਲਈ ਤੇ ਚੰਡੀਗੜ੍ਹ ਵਾਲੇ ਵੀ ਟਿਕਟਾਂ ਕਟਾ ਕੇ ਆਇਆ ਇਹਨਾਂ ਗਰਾਉਂਡਾਂ 'ਚ ਆਰ ਭਰਾਵਾਂ ਦਾ ਪਿਆਰ ਹੈ ਕੁਝ ਵੱਖਰੇ ਕਾਰੋਬਾਰ ਆ ਚੰਡੀਗੜ੍ਹ ਵਾਲੇ ਮੁੰਡੇ ਦੇ ਆਹ ਕੀਮਤੀ ਸਮਾਂ ਕੱਢ ਕੇ ਗਰਾਉਂਡਾਂ 'ਚ ਆਇਆ ਚੰਡੀਗੜ੍ਹ ਸ਼ਹਿਰ ਛੱਡ ਕੇ ਔਰ ਸਾਹਮਣੇ ਖੇਡੇ ਮੈਦਾਨ ਦੇ ਵਿੱਚ ਆ ਸੁਧੀਰਾ ਔਰ ਵੱਡਾ ਮੱਲ ਬਣ ਗਿਆ ਗਲਤੀ ਲਿਖੀ ਜਾ ਰਹੀ ਹੈ ਕਿਹੜੇ ਕਿਹੜੇ ਵਿਸ਼ਟਾਂ ਦੇ ਨੇੜੇ ਤੇੜੇ ਹੈ ਕਿਹੜੇ ਕਿਹੜੇ ਵਿਸ਼ਟਾਂ ਲਈ ਦੌੜ ਚ ਹੈ ਜਵਾਨੀ ਦਾ ਪਿੰਡਾ ਹੋਰ ਢਾਬਾ ਪਲਾਂ ਜੀ ਆ ਜਾਣਾ ਦੁਸ਼ਮਣ ਨਾ ਪੰਗਾ ਲਈਏ ਫਿਰ ਨਾ ਢਿੱਲੇ ਪਈਏ ਹੋ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਜਿਉਂਦਾ ਨਹੀਂ ਇੱਕ ਵਾਰੀ ਨੰਗਿਆ ਵੇਲਾ ਹੋਰ 9-6 ਓਕੇ ਓਕੇ ਬਰਨਾਜ ਬਾਲੀ ਵੀਰੇ ਇੱਕ ਵਾਰੀ ਲੰਗਿਆ ਪਾਣੀ ਫੇਰ ਦੁਬਾਰਾ ਪੂਰਾ ਥੱਲੇ ਆਉਣਾ ਨਹੀਂ ਆਓ ਸਾਹਮਣੇ ਜਿਹੜਾ ਸਮਾਂ ਲੰਘਿਆ ਨਾ ਉਹਨੇ ਵਾਪਸ ਆਉਣਾ ਜਿਹੜਾ ਪਾਣੀ ਤੋਂ ਥੱਲੇ ਹੀ ਲੰਘਿਆ ਸਾਹਮਣੇ ਲੋਕਾਂ ਨੇ ਤਾੜੀਆਂ ਮਾਰੀਆਂ ਜਦੋਂ ਵੀ ਕੋਈ ਖਿਡਾਰੀ ਕਿਸੇ ਦੇ ਦਿਲ ਨੂੰ ਲੱਗਦਾ ਹੈ
दुनिया तारियां मारती है, रब इन्हां लोकां दे दिलां च वसदा है। ये लोग ही गुड्डी चढ़ाउंदे है ते फिर लोग ही गुड्डी लाउंदे है। अज प्यार है लोकां दा, गुड्डी कहिंदे अंबर ते चढ़ी हुई है ते वाहिगुरु इतनी गुड्डी चढ़दी कला दे विच रखे। आओ दोनों टीमां बहुत सोहना खेल रही है, तकड़ी खेल है। ता बालिया एक दा पुट्ठा करना पैना है। ग्यारह छे तो साइडा तेज है जी, ग्यारह जोगी वाला छे ढाब वाले दे चैनिया दे। और सामने दरवे पासे मैनू लगदा वी चंडीगढ़ वाले ने लेवी गुलास दी वखरी गल करनी होणी आ। 11 7 ते नंबर लावली सरबे मुंडे ने फेर कर दित्ती है। अज ते मेले दा ताक फाइनल मैच बाकी रह गया है। इन्नी संगत पुजी हुई है, सारी रब रूपी संगत दा बड़ा धन्नवाद है। और ढाबा वाला वी कहिंदे हिंड दा बड़ा पक्का है। नंबर मेरे ख्याल 12 हो गए है, 12 ते 7 दी टक्कर है। रवि सूरज कर गल मुंडिया दी। और उधरले पासे बहेंद्र बोविया जी, उधरले पासे इन्हां ग्राउंडां दे करीब ने, मैं बहुत वड्डा धन्नवाद करांगा स्पैशली इन्हां ग्राउंडां दे मैचां नूं देखण लई आए ने। मैं बहुत वड्डा धन्नवाद करांगा महेंद्र बोविया जी, साडे आ ट्रॉफियां दी वड्डी जिम्मेवारी सांभी होई आ। ढाबा लिया ओ तैनू जित्तां दा शकीन कहिंदे आ, ओ भले 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 ओ जित्तां दा शकीन कहिंदे तैनू। लोक गल्लां करदे आ वी ढाबा वाले नूं आदत बन गई नित दा टूर्नामेंट जित के घरे जाण दी, ए गल कदे झूठी ना होवे। आओ समय जोर लाउणा पैणा, अज पंजाब वाला सुरीर आओ खिलाड़ी चुण चुण के लैके आया। जे ढाबा वाला शेरू आओ बाला मारदा टप्पे तोड़ा मैच दी वापसी करदा। ते उधरले पासे चंडीगढ़ वाला यार कहिंदा वी आपां 200 दे बंदे मार कर रहे। लाओ सामने उधरले पासे मैच तगड़ा बन गया लोको, और कदे कठ वड्डा जेड़े जेड़े कहने भी ढाबा वाला वापसी करूंगा, एक तारी मार के हौसला दो मुंडिया नू। और जेड़े जेड़े कहने अजय भाई बिलकुल सोड़ा ने सच गल भी पजावे वाले उस वीर ने जित जाना, एक तारी ओ मार के दसो नहीं देखी दे, मंजिल
ਜਾਨ ਨਹੀਂ ਉਹ ਦੇਖੀ ਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਂ ਉਹ ਜੋੜੀ ਦਾ ਤੇ ਆਪਣੇ ਪਿਆਰਿਆਂ ਦਾ ਉਹ ਦਿਲ ਨਹੀਂ ਉਹ ਤੋੜੀ ਦਾ ਆਪਣੇ ਪਿਆਰਿਆਂ ਦਾ ਦਿਲ ਨਹੀਂ ਉਹ ਤੋੜੀ ਦਾ ਬਾਕੀ ਮੇਰੇ ਮਿੱਤਰੋ ਆਸੇ ਪਾਸੇ ਚੋਣ ਵਾਲੇ ਉਹ ਢਾਬਾਲੇ ਨੂੰ ਪਿਆਰ ਕਰਨ ਵਾਲੇ ਮੇਰੇ ਮਿੱਤਰੋ ਢਾਬਾ ਕਹਿੰਦੇ ਅੱਧਾ ਪਿੰਡ ਆਇਆ ਹੋਇਆ ਮੇਰੇ ਮਿੱਤਰੋ ਵੱਡੇ ਮਾਣ ਵੱਡੇ ਜਿਹੜੇ ਸਨਮਾਨ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਵਾਸ਼ਿੰਗ ਮਸ਼ੀਨ ਦਾ ਜੇਤੂ ਖਿਡਾਰੀ ਉਹ ਐਲਈਡੀਆਂ ਦਾ ਜੇਤੂ ਖਿਡਾਰੀ ਆਪਾਂ ਵੇਖ ਰਹੇ ਹਾਂ ਛੀਨੀ ਵਾਲੀਏ ਮੁੰਡੇ ਕਹਿੰਦੇ ਮਾਣ ਕਰਦੇ ਆ ਮੁੰਡੇ ਹਾਰ ਵਾਕਿਆ ਮੁੰਡੇ ਵੀ ਖੇਡ ਤੇ ਮਾਣ ਕਰਦੇ ਆ ਲਾਵੀ ਢਾਬਾ ਵਾਲਿਆ ਇੱਥੇ ਰੱਖ ਇੱਥੇ ਰੱਖ ਵਾਲਾ ਸੁਹੀਰ ਆ ਲੈ ਬਾਈ ਛਿੰਦਿਆ ਹੁਣ ਬਿਜਲੀ ਮਹਿਕਮੇ ਵਾਲਿਆ ਤੂੰ ਵੀ ਲਾ ਕੋਈ ਮਾੜੀ ਮੋਟੀ ਕਰੰਟ ਵਾਲੀ ਬਾਲ ਔਰ ਲਾ ਗੱਲ ਟਿਕਾਣੇ ਕੋਈ ਨਾ ਕਦੇ ਵੱਖਰਾ ਕਰਨਾ ਪੈਣਾ ਬੱਲੇ 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 ਵੀ ਸਾਡੇ ਜ਼ਖਮਾਂ ਤੇ ਬਣ ਗਏ ਨਿਸ਼ਾਨ ਤੇ ਨਿਸ਼ਾਨਾ ਬਾਰੇ ਲੋਕ ਪੁੱਛਦੇ ਔਰ ਕਿਵੇਂ ਬੁਕਰੀ ਰੱਖ ਕਰਕੇ ਜ਼ਬਾਨ ਤੇ ਬੇਜ਼ਬਾਨੇ ਆਣ ਪੁੱਛਦੇ ਜੇ ਕੰਮ ਕਰਨਾ ਨਾ ਹੋਵੇ ਐਵੇਂ ਲਾਰਾ ਵੀ ਨਹੀਂ ਲਾਈਦਾ ਉਹ ਜਾਨ ਤੋਂ ਪਿਆਰਿਆਂ ਨੂੰ ਕਦੇ ਛੱਡ ਕੇ ਨਹੀਂ ਲਾਈਦਾ ਉਹ ਢਾਬਾ ਲਿਆ ਜਾਨ ਤੋਂ ਪਿਆਰਿਆਂ ਨੂੰ ਸਦਾ ਦਿਲ ਚ ਵਸਾਈਦਾ ਹੁਣ ਨਾਰਾਜ਼ ਨਾ ਕਰ ਬੜੀਆਂ ਬੜੀਆਂ ਭੱਟੀਆਂ ਵੀ ਦਾਸਾਂ ਤੇ ਇੱਥੇ ਰੱਖ ਇੱਥੇ ਰੱਖ ਵੀ ਦੁੱਧ ਦੀ ਰਾਕੀ ਬਿੱਲਾ ਬੈਠਾ ਹੱਥ ਪੈਰ ਤੇ ਮਾਰੂਗਾ ਲਾਵੀ ਚੰਡੀਗੜ੍ਹ ਵਾਲਿਆ ਜੇ ਬਿੱਲਾ ਦੁੱਧ ਪੀਵੇ ਨਾ ਕੋਈ ਦੁੱਖ ਨਹੀਂ ਜਦੋਂ ਦੁੱਧ ਪੀ ਕੇ ਖੱਬਾ ਪੈਰ ਸੱਜੀ ਮੁੱਛ ਤੇ ਮਾਰਦਾ ਨਾ ਉਦੋਂ ਜੀ ਕਰਦਾ ਵੀ ਗੋਲੀ ਮਾਰ ਦਈਏ ਉਦੋਂ ਐ ਜੀ ਕਰਦਾ ਔਰ ਇਧਰਲੇ ਪਾਸੇ ਨੱਕ ਚ ਦਮ ਕਰੀ ਬੈਠਾ ਢਾਬਾ ਵਾਲਿਆ ਤੇਰੇ ਇਹਦੇ ਪੈਰਾਂ ਪੂਰਾ ਜੇ ਟੱਪਾ ਪਾ ਕੋਈ ਕਦੀ ਹੱਦ ਤੇ ਲਾ ਲੇ ਇਹਨੇ ਫੇਰ ਟਲਣਾ ਨਹੀਂ ਇਹ ਨਹੀਂ ਟਲਦਾ ਉਹ ਸੱਪ ਤਾਂ ਸੱਪ ਖੀਰੀ ਡੰਗ ਮਾਰੂਗਾ ਉਹ ਸੱਪ ਤਾਂ ਸੱਪ ਖੀਰੀ ਡੰਗ ਤਾਂ ਮਾਰੂਗਾ ਉਹ ਭੱਲੇ ਭੱਲੇ ਸੋਲਾਂ ਅੱਠ ਸਕੋਰ ਆ ਜੀ ਸੋਲਾਂ ਅੱਠ ਸੋਲਾਂ ਜੋਗੀ ਵਾਲਾ ਅੱਠ ਚੈਣੇ ਵਾਲਾ ਸੁਧੀਰ ਪੰਜਾਬ ਦੇ ਸੋਲਾਂ ਸ਼ੇਰੂ ਦੇ ਅੱਠ ਆ ਬਾਈ ਇੱਕੀਆਂ ਦੀ ਗੇਮ ਆ ਜੀ ਕਿਰਪਾ ਕਰੇ ਵੀ ਜਿੱਦਾਂ ਪਲੇਅਰ ਆਏ ਓਦਾਂ ਹੀ ਪਹੁੰਚ ਗਏ ਆਪਣੇ ਘਰ ਵਾਸ ਪਹੁੰਚ ਜਾਣ ਜੇ ਕੋਈ ਡਾਕਟਰ ਹੈਗਾ ਵੀਰ ਬਣ ਕੇ ਡਾਕਟਰ ਵੀਰ ਨੂੰ ਕਿਸੇ ਨੂੰ ਹੱਡੀਆਂ ਦੀ ਨੌਲੇਜ ਆ ਜ਼ਰੂਰ ਆ ਜਾਵੇ ਗਰਾਊਂਡ ਦੇ ਨੇੜੇ ਵੇਲਾ ਜਿੱਤਾ ਨਾ ਨਿਕਲਿਆ ਤੋਂ ਫੜ ਕੇ ਐ ਕਰਤਾ ਨਾਲ ਲੱਗਦਾ ਪੜਾਕਾ ਮੈਂ ਐ ਕਰਤਾ ਮੈਚ ਕਿੱਥੇ ਜਾਊਗਾ ਹੁਣ ਦੱਸ ਤੂੰ ਮੈਚ ਕਿੱਥੇ ਜਾਊਗਾ ਮੇਰਾ ਇੰਨਾ ਤਜਰਬਾ ਹੈ ਨਹੀਂ ਕਿ ਬਾਲ ਦੇਖ ਲੈ ਮੇਰਾ ਇੰਨਾ ਤਜਰਬਾ ਹੈ ਤੂੰ ਦੱਸ ਦੇ ਤਜਰਬਾ ਤਾਂ ਕੀਤਾ ਸੀ ਤੂੰ ਦੱਸ ਫਿਰ ਕਿੱਧਰ ਨੂੰ ਜਾਊ ਮੈਂ ਤਾਂ ਲੱਗਦਾ ਮੈਚ ਬਾਈ ਤੂੰ ਵੀ ਇਹ ਜਿੱਤਣਗੇ ਚਣੇ ਵਾਲ ਦੇਖਦੇ ਹਾਂ ਫਿਰ ਦੋ ਘੰਟੇ ਸੁਣਨਾ ਆਵੇ ਘਰੇ ਸੁਣ ਲਿਓ
ਫਿਰ ਰੈਕੋਰਡ ਨਹੀਂ ਪਹੁੰਚਦੇ ਸੀ ਤੇ ਕਿਉਂ ਤਾਂ ਸਿੱਧਾ ਜਾਣਾ ਸ਼ੁਰੂ ਤੇ 1 2 ਵਜੇ ਹੀ ਹੋਣਾ ਗੱਲ ਐ ਨਹੀਂ ਨਾ ਗੱਲ ਸਾਨੂੰ ਟਾਈਮ ਦਾ ਜਿਹੜਾ ਉਹ ਤਾਂ ਜਾਣਾ ਪਊਗਾ ਨਾ ਸਾਡਾ 12 ਦਾ ਸਾਨੂੰ ਤਾਂ 12 ਦਾ ਕਿਹਾ ਤੇ 12 ਵਜੇ ਕਿਹਾ ਤਾਂ ਹੀ ਨਹੀਂ 12 ਹੈ 3 ਵਜੇ ਆਏ ਮਿੱਠਾ ਮੁੰਕਾ ਤੂੰ ਛੋਟਾ ਏਰੀਆ ਤਾਂ ਮੈਨੂੰ ਪਤਾ ਹੈ ਸਾਡਾ ਏਰੀਆ ਨਹੀਂ ਹੈ ਸਾਡੇ ਨਹੀਂ ਉਧਰ ਚੱਲ ਪਊਗਾ ਛੋਟਾ ਏਰੀਆ ਤਾਂ ਮੈਨੂੰ ਪਤਾ ਵੀ ਕੀ ਟਾਈਮ ਹੈ ਟੀਮ ਕੱਟਦੀ ਤੇ ਮਤਲਬ ਕੱਟਦੀ ਅੱਛਾ ਪੜਾ ਕੋਈ ਸੀਨੀਅਰ ਆ ਪੜਾ ਕੋਈ ਜੂਨੀਅਰ ਆ ਠੀਕ ਹੈ ਸਾਡੇ ਚੱਲਦਾ ਬਾਈ ਹੁਣ ਕਹਿਦਾ ਹਾਂ ਵੀ ਲਾਈਵ ਵਾਲਾ ਨਹੀਂ ਆਉਣਾ ਮਤਲਬ ਨਹੀਂ ਆਉਣਾ ਠੀਕ ਹੈ ਉਧਰ ਏਰੀਆ ਹਾਂਜੀ ਹਾਂਜੀ ਪ੍ਰੇਮ ਰੇ ਆਉਣਾ ਤੁਸੀਂ ਨਹੀਂ ਆਉਣਾ ਠੀਕ ਆ ਠੀਕ ਆ ਰਣਧੀਰ ਭਾਈ ਹਾਰ ਉਧਰਲੇ ਪਾਸੇ ਖੇਡਦੇ ਮੈਦਾਨ ਦੇ ਵਿੱਚ ਫਿਰ ਮੈਚ ਦੀ ਸ਼ੁਰੂਆਤ ਕਰ ਦਿੱਤੀ ਮੁੰਡਿਆਂ ਨੇ ਇੱਕ ਖਿਡਾਰੀ ਇਧਰਲੇ ਪਾਸੇ ਇਸੇ ਟੀਮ ਦਾ ਆਣ ਸੁਧੀਰ ਦਾ ਪਲੇਅਰ ਜਿਹੜਾ ਉਹ ਥੋੜਾ ਅਣਫਿੱਟ ਲੱਗਦਾ ਮੁੰਡਾ ਔਰ ਥੋੜੀ ਮੋਚ ਆਈ ਪੈਰ ਨੂੰ ਸੱਚੇ ਪਾਤਸ਼ਾਹ ਕਿਰਪਾ ਕਰੇ ਖਿਡਾਰੀ ਏਦਾਂ ਸਹੀ ਸਲਾਮਤ ਗਰਾਊਂਡ ਤੋਂ ਬਾਹਰ ਆਪਣੇ ਪਿੰਡਾਂ ਵੱਲੋਂ ਜਾਵੇ ਸੱਚੇ ਪਾਤਸ਼ਾਹ ਕੇ ਦਬਾਵਾਂ ਨੇ ਪਰ ਉਧਰਲੇ ਪਾਸੇ ਇੱਕ ਖਿਡਾਰੀ ਔਰ ਕਿਵੇਂ ਮੁੰਡਿਆਂ ਨੇ ਪਹੁੰਚਾ ਕੀਤਾ ਆਪਣੀ ਟੀਮ ਦੇ ਲਈ ਔਰ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਤਗੜੇ ਮੈਚ ਦੀ ਸ਼ੁਰੂਆਤ ਹੋ ਗਈ ਹੈ ਫਾਈਨਲ ਮੈਚ ਹੈ ਔਰ ਬੱਲੇ ਔਰ ਬੱਲੇਬਾਜ਼ ਮੁੰਡਿਆਂ ਲਈ ਉੜੀਸਾ ਦੀ ਖੇਡਦੇ ਮੈਦਾਨ ਦੇ ਵਿੱਚ ਔਰ ਖਿੱਚਦੀ ਲਕੀਰ ਹੁਣ ਪਤਾ ਲੱਗੂ ਔਰ ਕਿਹਦਾ ਤਗੜਾ ਸੁਕੀਰ ਹੁਣ ਪਤਾ ਲੱਗਣਾ ਔਰ ਬੱਲੇ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਨੰਬਰ ਇਧਰਲੇ ਪਾਸੇ ਲਾਈ ਵਾਲੇ ਪਾਸੇ ਦੱਸੀ ਬਾਈ 17 ਹੋਏ ਆ ਨਾ 16 ਹੋਏ ਉਧਰ 8 ਤੇ 16 ਉਹ ਭੱਲੇ 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 ਇੱਥੇ ਰੱਖ ਚੱਲ ਪਿਆ ਕੰਮ ਫੇਰ ਖੇਡੇ ਮੈਦਾਨ ਦੇ ਵਿੱਚ ਇਹਦੇ ਤੋਂ ਬਚ ਕੇ ਰਹੋ ਇਹਦੇ ਤੋਂ ਬਚ ਕੇ ਰਹੋ ਜਿਹੜਾ ਜਿਹੜੇ ਦੀਆਂ ਰਗਾਂ ਦੇ ਬਹਿ ਗਿਆ ਨਾ ਉਹ ਦਮ ਕਰੂ ਗੱਲ ਪੱਕੀ ਆ ਕੀ ਬੈਰੀ ਦੀ ਹਿੱਕ ਤੇ ਚੜ ਕੇ ਉਹ ਤਰਸ ਕਦੇ ਖਾਈਏ ਨਾ ਵੜ ਗਈਏ ਧੌਣ ਤਲਾ ਵਿੱਚ ਦੇਰੀ ਕਦੇ ਲਾਈਏ ਨਾ ਸ਼ਰਤਾਂ ਦੇ ਕਿਤੇ ਦੇ ਆਉਂਦਾ ਫਿਰ ਤੋਂ ਲਲਕਾਰੂਗਾ ਵੀ ਸੱਪ ਤਾਂ ਸੱਪ ਖੀਰੀ ਉਹ ਡੰਗ ਤਾਂ ਮਾਰੂਗਾ ਭੱਲੇ ਭੱਲੇ ਉਹ ਭੱਲੇ ਇੱਥੇ ਰੱਖ ਫਿਰ ਸਰਵਿਸ ਚੇਂਜ ਮੈਨੂੰ ਲੱਗਦਾ 17 ਤੇ 8 16 ਤੇ 8 16 16 ਤੇ 12ਵਾਂ ਦੇ ਕਿਸੇ ਗੱਲ ਦੇ ਨਾਲ ਹੀ ਲੱਗਣਾ ਆਓ ਸਾਹਮਣੇ 17ਵਾਂ ਨੰਬਰ ਕਹਿੰਦੇ ਬੜਾ ਕੀਮਤੀ ਹੈ ਖੇਡ ਮੈਦਾਨ ਦੇ ਵਿੱਚ
ਅਗਲੇ ਸਰਦੋ ਫੇਰ ਪੰਜਾਬੀ ਵਾਲੇ ਨੇ ਕਰ ਦਿੱਤੀ ਹੈ। ਬਹੁਤ ਸੋਹਣਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਅੱਜ ਦੇ ਦਿਨ ਦਾ ਫਾਈਨਲ ਮੈਚ ਹੀਰੇ ਮੋਤੀਆਂ ਦੀ ਲੜੀ ਚ ਪਰੋਇਆ ਜਾ ਰਿਹਾ ਹੈ। ਨੈੱਟ ਮੈਨ ਵੀ ਦੋਨੋਂ ਟੀਮਾਂ ਦੇ ਕਮਾਲ ਦੇ ਹੈ। ਬਾਕੀ ਤਿੰਦਲੀ ਕਮਾਦ ਤੋਂ ਨਿਕਲੀ ਉੜਦੀ ਨੂੰ ਬਾਜ ਪੈ ਗਿਆ ਹੈ। ਐਨ ਬਾਜ ਅਰਗੀ ਝੱਟ ਹੈ ਮੁੰਡਿਆਂ ਦੀ ਖੇਡ ਮੈਦਾਨ ਦੇ ਵਿੱਚ ਤਕੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਨਵੀਂ ਢਾਬਾ ਵਾਲਿਆ ਪਵਾ ਮੁੰਡਿਆਂ ਕੋਈ ਟੱਪਾ ਟੁੱਪਾ ਫਿਰ ਬੱਲੇ ਬੱਲੇ ਹੋਣੀ ਹੈ। ਦਾਦਾ ਦੁੱਖ ਮਨਾ ਬੈਠੀ ਪੱਖੀ ਵਿੱਚ ਵੱਜੇ ਹੂਰੇ ਦਾ ਬੰਦ ਪਿਆ ਦਰਵਾਜ਼ਾ ਕਿਉਂ ਫਾਟੇ ਕੋਟ ਕਪੂਰੇ ਦਾ ਬੰਦ ਪਿਆ ਦਰਵਾਜ਼ਾ ਹੁਣ ਦੇਖਾਂਗੇ ਵੀ ਫਾਟੇ ਕਿਹੜਾ ਬੰਦ ਕਰਦਾ ਕਿਤੇ ਸਮੇਂ ਦੀ ਬਾਤ ਹੈ। ਹਰ ਨੰਬਰ ਤੇ ਕਹਿੰਦੇ ਬੜਾ ਕੀਮਤੀ ਹੈ ਜੋਰ ਲੱਗਿਆ ਹੋਇਆ ਹੈ ਜੋਰ ਤੋਂ ਸਰ ਮੁੰਡੇ ਆਪਣੀ ਕਹਾਣੀ ਦੱਸ ਜਾਂਦਾ ਹੈ ਸੁਧੀਰ ਇੱਕ ਹੋਰ ਨੰਬਰ ਜੋੜ ਗਿਆ। ਓਕੇ ਮਨਜੋਤ ਢਿੱਲੋ ਬਈ ਬੂਟੇ ਬੂਟੇ ਸਤਾਰਾਂ ਹੋ ਗਏ ਸ਼ੇਰੂ ਦੀ ਸਮੈ 500 ਦੀ ਮਨਜੋਤ ਝਮਟ ਕਨੇਡਾ ਵੱਲੋਂ ਮਨੋਰ ਝਮਟ ਕਨੇਡਾ ਸ਼ੇਰੂ ਦੀ ਸਮੈ 500 ਦੀ ਹੋਣੀ ਹੈ। ਕਨੇਡਾ ਵਾਲੇ ਯਾਰ ਵੀ ਜਿਹੜੇ ਹੋਏ ਹੈ ਹੋ ਨੰਬਰ ਫਾਰ ਨਾ ਲਾ ਗਿਆ ਮੈਂ ਡਰ ਗਿਆ ਰੱਬ ਰੱਬ ਕਰਦੀ ਹੋ ਲੋਕੀ ਕਹਿੰਦੇ ਸ਼ੂ ਬਈਆ ਡਰ ਡਰ ਕੇ ਰਹੀ ਇਹ ਤੇ ਥੋੜਾ ਖੌਫ ਪਾਉਣਾ ਪੈਣਾ ਵੀ ਮਰਦਾਂ ਦੀ ਛਾਤੀ ਨੂੰ ਨਾ ਉਹ ਚਖਮਾ ਦੇ ਖੌਫ ਵਾਰੀਆ ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਰੀ ਬੈਗ ਤਗੜਾ ਬਣਿਆ ਹੋਇਆ ਢਾਬਾ ਵਾਲਾ ਢਾਬਾ ਵਾਲਾ ਢਾਬਾ ਵਾਲਾ ਢਾਬਾ ਵਾਲਾ ਬੱਲੇ 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 ਆ ਬੱਲੇ ਆ ਬੱਲੇ ਆ ਬੱਲੇ ਉਧਰ ਸਾਡੇ ਗੋਪਾਲ ਪ੍ਰਧਾਨ ਜੀ ਨਾਲ ਅਮਨ ਝੋਟ ਸਾਡਾ ਵੀਰ ਇਹ ਢਾਬਾ ਜਿੰਦਾ ਤੇ ਕਹਿੰਦੇ 1100 ਦੇਵਾਂਗੇ ਗੱਲ ਸੱਚੀ ਸੱਚਿਆਂ ਦੀ ਦੱਬ ਕੇ ਬਾਈਏ ਰੱਜ ਕੇ ਖਾਈਏ ਓ ਥੋੜਾ ਖਾ ਪੀ ਖਰਚ ਲਈਏ ਬਾਬੇ ਐਂਟਰ ਐਂਡ ਪਾਲੀ ਮਾਰਨ ਵਾਲੀ ਬਾਤ ਤੋਂ ਲਾਈਓ ਬੋ ਸੁਕਰੇ ਨਾ ਹੋਈਏ ਕਿਸੇ ਦੀ ਆਵੇ ਬਾਬਾ ਤੇਰੇ ਰੋਟੀ ਹੱਥ ਨਹੀਂ ਖਾਈਏ ਜੀ ਪਾਵੇਂ ਬੂਟ ਪਾਲ ਸੁਕਰੀਏ ਰੋਟੀ ਹੱਥ ਨਹੀਂ ਖਾਈਏ ਜੀ ਨੰਬਰ ਮੇਰੇ ਖਿਆਲ ਦੇ ਵਿੱਚ ਇੱਕ ਅੱਧਾ ਬਾਕੀ ਹੈ ਅਜੇ ਕਰੀ ਗੱਲ ਮੁੰਡਿਆਂ ਦੀ ਬਾਹਰ ਸਾਹਮਣੇ ਉਧਰਲੇ ਪਾਸੇ ਯਾਰਾ ਇੱਧਰ ਨੰਬਰ 18 ਹੋਵੇ ਕਿ 19 ਹੋਵੇ ਵੀਰ 18 ਉਧਰਲੇ ਪਾਸੇ ਗੇਮ 19 ਵਾਲੀ ਮੈਨੂੰ ਲੱਗਦਾ ਨਾ 21 ਵਾਲੀ ਆ ਲਓ ਸਾਹਮਣੇ 19 ਲੱਗਣਾ ਜਾਂ ਫਿਰ ਚੇਂਜ ਹੋਣੀ ਆ ਹਾਲੀ ਹਾਲੇ ਜਿਹੜੀ ਗੇਮ ਮੁੰਡਿਆ ਨਹੀਂ ਹੋ ਰਹੀ ਸਾ ਇਧਰਲੇ ਪਾਸੇ ਮਾਣ ਕਰਦਾ ਢਾਬਾ ਵਾਲਾ ਪਾਰਸ ਸ਼ੇਰੂ ਦੀ ਖੇਡ ਤੇ ਢਾਬਾ ਵਾਲਿਆ ਯਾਰੀ ਦਾ ਮੁੱਲ ਪਗਾਉਣਾ ਪੈਣਾ ਅਮਰ ਕਰਗਲ ਕੋਈ ਵੱਖਰੀ ਮੈਚ ਤਗੜਾ ਬਣਿਆ ਹੋਇਆ ਨੰਬਰ ਮੈਨੂੰ ਲੱਗਦਾ 10ਵਾਂ 11ਵਾਂ ਲੱਗਿਆ ਯਾਰਾ ਫਰਕ ਕਹਿੰਦੇ ਬਹੁਤ ਵੱਡਾ ਪਰ ਹਲੇ ਨੀ ਕੁਝ ਕਿਹਾ ਜਾ ਸਕਦਾ ਜਿੱਤਣਾ ਕਿਹਨੇ ਹੈ ਫਰਕ ਤੇ ਵੱਡਾ ਪੈ ਗਿਆ ਮੈਚ ਦਾ ਦੋ ਅੱਧਾ ਫਰਕ ਹੈ ਪਰ ਢਾਬਾ ਜਿੰਨਾ ਚਿਰ ਖੜਾ ਹੈ ਇਹ ਪਾਸੇ ਪਲਟ ਦਿੰਦਾ ਸੀਨੀਆਲ ਦੇ ਵਿੱਚ ਫਾਈਨਲ ਮੈਚ ਲੱਗਿਆ ਤੇ ਬਾਕੀ ਮੁੰਡੇ ਨੇ ਵੱਡੀ ਲੀਡ ਤੋਂ ਪਾਸਾ ਪਲਟ ਦਿੱਤਾ ਇਹ ਪਾਸੇ ਪਲਟਣ ਦਾ ਕਹਿੰਦੇ ਦਮ ਰੱਖਦਾ ਹੋ ਢਾਬਾ ਪਾਸੇ ਪਲਟਣ ਦਾ ਦਮ ਰੱਖਦਾ ਪਰ ਵਾਲ ਫਿਰ ਆਉਟ ਹੈ ਇਹਨੂੰ ਰਾਮ ਕਹਿੰਦੀ ਹੈ ਦੁਨੀਆ ਜਿਹਨੇ ਹੁਣ ਗਲਤੀ ਕਰਦੀ ਹੈ ਥੱਲੇ ਜੁਝਾਰ ਵੀ ਕੀ ਕਰੇ ਸਾਥ ਦੇਣਾ ਪੈਣਾ ਮੁੰਡੇ ਦਾ ਕੱਲਾ ਢਾਬਾ ਵਾਲਾ ਵੀ ਕੀ ਕਰੇ ਲਓ ਨੰਬਰ ਕਹਿੰਦੇ 2 ਬਾਕੀ ਹੈ ਇੱਧਰ ਮੁੰਡੇ ਵਾਹਿਗੁਰੂ ਨੂੰ ਯਾਦ ਕਰ ਰਹੇ ਹੈ ਅਗਲੀ ਸਰਵੇ ਮੁੰਡੇ ਨੇ ਫਿਰ ਕਰ ਦਿੱਤੀ ਹੈ ਖੇਡ ਮੈਦਾਨ ਦੇ ਵਿੱਚ ਹਾਂ ਨੰਬਰ ਬੜਾ ਕੀਮਤੀ ਹੈ
ਕਿਹੜਾ ਖਿਡਾਰੀਆ ਨੰਬਰ ਦਾ ਵਾਧਾ ਕਰਦਾ ਹੈ ਇਹ ਤੇ ਗੱਲ ਨੂੰ ਸਮੇਂ ਦੀ ਬਣ ਗਈ ਹੈ ਖੇਡ ਮੈਦਾਨ ਦੇ ਵਿੱਚ ਨੰਬਰ ਦੋ ਬਾਕੀ ਰਹਿ ਗਏ ਅੱਜ ਦੇ ਦਿਨ ਦੇ ਫਾਈਨਲ ਮੈਚ 25 ਤੇ 15 ਦੀ ਗੱਲ ਹੋਣੀ ਹੈ ਭੋਲਾ ਜੂ ਇਸੇ ਸਾਡਾ ਵੀਰ ਪਹਿਲਾ ਨਾਮ ਭੋਲੇ ਬੰਨੀ ਆਉਣਾ ਹੈ ਤੇ ਦੂਜਾ ਨਾਮ ਸਾਡੇ ਪ੍ਰਿੰਸ ਬਾਈ ਬੰਨੀ ਆਉਣਾ ਹੈ ਵੱਡੇ ਮਾਣ ਵੱਡੇ ਸਨਮਾਨ ਹੋਣਗੇ ਪਰ ਬਾਲ ਮੈਨੂੰ ਲੱਗਦਾ ਵੀਰ ਫਿਰ ਆਊਟ ਹੈ ਨਵੀਂ ਕਿਰਿਆ ਦਾ ਕਰ ਗੱਲ ਮੁੰਡੇ ਦੀ ਹੈਲੋ ਬਾਲ ਜਿਹੜੀ ਆਊਟ ਹੈ ਤੇ ਸਫਲਤਾ ਜਿਹੜੀ ਆਪਾਂ ਵੇਖਾਂਗੇ ਮੈਂਡੀ ਸ਼ਰਮਾ ਕਲੱਬ ਚੈਨੇਵਾਲ ਦੀ ਟੀਮ ਦੇ ਹਿੱਸੇ ਜਾ ਜੁੜ ਗਈ ਹੈ ਉਧਰਲੇ ਪਾਸੇ ਓਏ ਤਗੜੀ ਬਾਲ ਨੂਰਲਾ ਜੀ ਕਹਿੰਦੇ ਨੇ ਤੇ ਢਾਬਾ ਸ਼ੁਰੂ ਜਿੱਤੇ 2100 ਬਾਈ 2100 ਦੇ ਨਾਲ ਵੱਡੇ ਮਾਣ ਵੱਡੇ ਸਨਮਾਨ ਜਿਹੜੇ ਢਾਬਾ ਵਾਲੇ ਸ਼ੁਰੂ ਦੇ ਕੀਤੇ ਜਾਣਗੇ ਜੇ ਮੈਚ ਜਿੱਤੇ ਅਨਿਲ ਨਰੂਲਾ ਸਾਡਾ ਵੀਰ ਢਾਬਾ ਪਿੰਡ ਤੋਂ ਵੱਡੇ ਮਾਣ ਵੱਡੇ ਜਿਹੜੇ ਸਨਮਾਨ ਢਾਬਾ ਵਾਲੇ ਸ਼ੁਰੂ ਦੇ ਕੀਤੇ ਜਾਣਗੇ ਲੋਕੀ ਮਾਣ ਕਰਦੇ ਨੇ ਪਿਆਰ ਕਰਦੇ ਨੇ ਢਾਬਾ ਦੀ ਖੇਡ ਨੂੰ ਤੇ ਚਰਚੇ ਮੇਰੇ ਮਿੱਤਰੋ ਮੁੰਡੇ ਦੇ ਪੰਜਾਬ ਹਰਿਆਣੇ ਦੇ ਵੱਡੇ ਵੱਡੇ ਖੇਡ ਮੇਲੇ ਅੱਜ ਹੁੰਦੇ ਨੇ ਤੇ ਹਰ ਇੱਕ ਕਮੇਟੀਆਂ ਦੀ ਉਹ ਪਹਿਲੀ ਪਸੰਦ ਬਣ ਗਿਆ ਮੁੰਡਾ ਤੇ ਮਾਣ ਕਰਦੇ ਨੇ ਖਿਡਾਰੀ ਦੀ ਖੇਡ ਤੇ ਚਰਚੇ ਮੇਰੇ ਮਿੱਤਰੋ ਵੱਡੇ ਨੇ ਜਿਗਰਾ ਦਲੇਰ ਤੇ ਪੂਰੀ ਬਾਬੇ ਦੀ ਆ ਮੇਰ ਛਿੜੀ ਮਾਂ ਦੇਵੇ ਥਾਪੀ ਤੇ ਬਾਪੂ ਆਖਦਾ ਹੈ ਸ਼ੇਰ ਸੁੱਖੀ ਲੋਪੋ ਲਿਖੇ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਵਗਦੇ ਪਿਛਾਂ ਵੱਲੋਂ ਮੋੜ ਦਿੰਦੇ ਆ ਤੇ ਮਿੱਤਰਾਂ ਦੀ ਹਿੰਡ ਵੀ ਦੇਣ ਵਰਗੀ ਉਹ ਦੰਦੇ ਪੱਕੀਆਂ ਗਰਾਰੀਆਂ ਦੇ ਭੋਰ ਦਿੰਦੇ ਆ ਉਹ ਮਿੱਤਰਾਂ ਦੀ ਹਿੰਡ ਵੀ ਲਦੇ ਬਹੁਤ ਤਗੜੀ ਬਾਲ ਮਾਰੀ ਸੁਧੀਰ ਨੇ ਵੀ ਗਰਾਰੀਆਂ ਦੇ ਭੋਰ ਦਿੰਦੇ ਆ ਮੁੰਡਾ ਨੰਬਰ ਦਾ ਵਾਧਾ ਕਹਿੰਦੇ ਕਰ ਗਿਆ ਆਪਣੀ ਟੀਮ ਦੇ ਲਈ ਥੋੜੀ ਦਿਉਂਤ ਬੰਦੀ ਉਹ ਜਿਹੜੀ ਸਾਂਝੀ ਕਰ ਰਹੇ ਨੇ ਮੁੰਡੇ ਨੰਬਰ ਦੱਸ ਦੋ ਜੀ ਕਿੰਨੇ ਕਿੰਨੇ ਹੋ ਗਏ ਇੱਕ ਵਾਰੀ 19 18 ਦੱਸ 18 ਬਾਈ 18 ਤੇ 10 ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ 18 ਦਾ ਸਕੋਰ ਹੋ ਗਿਆ 18 ਤੇ 10 ਹੋ ਗਏ ਜਿਹੜੇ ਜਿਹੜੇ ਕਹਿੰਦੇ ਆ ਵੀ ਚੇਂਜ ਨਹੀਂ ਹੋ ਰਹੀ ਨੰਬਰ ਲੱਗੂ ਨਵਾਂ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਜਿਹੜੇ ਜਿਹੜੇ ਕਹਿੰਦੇ ਆ ਵੀ ਨੰਬਰ ਨਵਾਂ ਲੱਗਣਾ ਔਰ ਜਿਹੜੇ ਜਿਹੜੇ ਕਹਿੰਦੇ ਆ ਬਾਈ ਵੀ ਨਵਾਂ ਨਹੀਂ ਉਹ ਚੇਂਜ ਕਰਨਗੇ ਢਾਬਾ ਵਾਲਾ ਚੇਂਜ ਕਰਕੇ ਲੰਮੀ ਲੀਡ ਲਾਊ ਇੱਕ ਵਾਰੀ ਉਹ ਤਾੜੀ ਮਾਰ ਕੇ ਦੱਸੋ ਔਰ ਜਿਹੜੇ ਜਿਹੜੇ ਕਹਿੰਦੇ ਬਾਈ ਚਾਹੇ ਕੁਝ ਮਰਜ਼ੀ ਹੋ ਜਾਏ ਆਪਾਂ ਦੇ ਸਵਾਦ ਲੈਣਾ ਇੱਕ ਮਾਰਾ ਜਾ ਲਲਕਾਰਾ ਮਾਰ ਇੱਥੇ ਰੱਖ ਉਹ ਪਜਾਲੇ ਵਾਲਾ ਆ ਗਿਆ ਉਹ ਭੱਲੇ 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 ਰੱਬ ਤੇ ਧਰਤੀ ਥੱਲੇ ਵਿੱਚ ਵਿਚਾਰੇ ਪਟਾਕੇ ਪੈ ਰਹੇ ਉਹ ਭੱਲੇ ਉਹ ਭੱਲੇ ਓਏ ਢਾਬਾ ਵਾਲੇ ਨੇ ਤਗੜੀ ਬਾਲ ਲਾ ਦੀ ਰਵੀ ਹਰ ਗਿਆ ਜੀ ਵੀਰੇ ਜੋਗੀ ਵਾਲੇ ਨੂੰ ਜੀ ਇੱਥੇ ਰੱਖ ਇੱਥੇ ਰੱਖ ਢਾਬਾ ਵਾਲਾ ਔਰ ਸਟੇਨ ਗਾਡੀ ਬੜਿਆ ਫਰਦਾ ਢਿੱਲੋ ਬਾਈ ਫਾਇਰਿੰਗ ਕਰਦਾ ਵੱਡੀਆਂ ਵੱਡੀਆਂ ਟੀਮਾਂ ਨੂੰ ਇਹਨੇ ਵੱਡੇ ਵੱਡੇ ਪਲੇਅਰਾਂ ਨੂੰ ਪਰਨੇ ਪਾਇਆ ਪਰ ਦੂਜੇ ਪਾਸੇ ਢਾਬਾ ਵਾਲਾ ਵਿਚਾਰਾ ਕੀ ਕਰੇ ਤੇ ਇਕੱਲਾ ਮਿਹਨਤ ਕਰਦਾ ਔਰ ਸਾਥ ਦੇਣਾ ਪੈਣਾ ਢਾਬਾ ਵਾਲੇ ਸ਼ੁਰੂ ਦਾ ਉਹ ਇਕੱਲਾ ਤੁਰ ਨਹੀਂ ਕਰ ਸਕਦਾ ਔਰ ਦੂਜੇ ਪਾਸੇ ਮੈਚ ਲੰਮਾ ਹੁੰਦਾ ਜਾ ਰਿਹਾ ਨਵੀਂ ਸੂਰ ਦੀ ਆ ਰਹਾ ਕਰ ਗੱਲ ਮੁੰਡਿਆਂ ਦੀ ਮੈਚ ਬਹੁਤ ਤਗੜਾ ਬਣ ਗਿਆ ਬਹੁਤ ਤਗੜਾ ਬਾਕੀ ਮੇਰੇ ਮਿੱਤਰੋ ਫਾਈਨਲ ਮੈਚ ਦੀਆਂ ਗੱਲਾਂ ਬਾਤਾਂ ਨੇ ਇੱਕ ਦੋ ਨੰਬਰਾਂ ਦੀ ਖੇਡ ਜਿਹੜੀ ਬਾਕੀ ਹੈ ਪਰ ਜਿੰਨਾ ਚਿਰ ਢਾਬਾ ਵਾਲਾ ਗਰਾਊਂਡ 'ਚ ਖੜਾ ਹੈ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿਹੜੀ ਟੀਮ ਨੇ ਜਿੱਤਣਾ ਹੈ ਚਰਚੇ ਜਿਹੜੇ ਵੱਡੇ ਨੇ ਮੇਰੇ ਮਿੱਤਰੋ ਵੱਡੀਆਂ ਗੱਲਾਂ ਬਾਤਾਂ ਨੇ ਪਰ ਪੰਜਾਬ 19ਵਾਂ ਲੱਗ ਗਿਆ ਵੀਰੇ 19ਵਾਂ ਲੱਗ ਗਿਆ ਸੁਧੀਰ ਨੇ 19ਵਾਂ ਲਾਤਾ ਉਧਰ ਵੀਰੇ ਜੋਗੀ ਵਾਲੇ ਦੇ ਹਿੱਸੇ ਇਹ ਮੁੰਡਾ ਖੇਡ ਦੇ ਮੈਦਾਨ 19 ਤੇ 10 ਦੀ ਟੱਕਰ ਜਿਹੜੀ ਮਾਪਿਆਂ ਤੋਂ ਕੰਦ ਟੱਪ ਜੇ ਘਰ ਦੀ ਤੇ ਬੋਤਾ ਚਿਰ ਖੜਦੀ ਨਹੀਂ ਸੱਚ ਮੰਨਿਓ ਤੇ ਜੋ ਕੰਮ ਅਮਰੀਕਾ ਵਿੱਚ ਬੈਠ ਕੇ ਹੋਏਗਾ ਤੇ ਗਾਂਧੀ ਹੋਣੀ ਕਰਕੇ ਖੰਨਿਓ ਤਾਂ ਦੇ ਜਾਣ ਨਾ ਤਖਤ ਪਲਟੇ ਉਹ ਗਿੱਦੜਾਂ ਦੀ ਘੇਰ ਕੇ ਡਰ ਤੇ ਮਰੇ ਬੰਦੇ ਦੀ ਜੋ ਨੇਥੇ ਵਿੱਚ ਤੇ ਔਰ ਹੀ ਅੱਗ ਲਾਉਣੀ ਐਸੇ ਹਥਿਆਰ ਨੂੰ ਵੀ ਮਰੇ ਬੰਦੇ ਦੇ ਨੇਥੇ ਜੋ ਜਿਹੜਾ ਨਿਕਲੇ ਕੀ ਅੱਗ ਲਾਉਣੀ ਐਸੇ ਹਥਿਆਰ ਨੂੰ ਔਰ ਇਧਰਲੇ ਪਾਸੇ ਗੱਲ ਉਸਤਾਦਾਂ ਦੀ ਹੈ ਵੀ ਉਸਤਾਦਾਂ ਉੱਤੇ ਦੱਸ ਦੇਣਾ ਵੀ ਕੀ ਅਸਲੀ ਤੇ ਕੀ ਜਾਲੀ ਹੈ ਵੀ ਉਸਤਾਦਾਂ ਆਪੇ ਦੱਸ ਦੇਣਾ ਕੀ ਅਸਲੀ ਤੇ ਕੀ ਜਾਲੀ ਹੈ ਤੂੰ ਬੋਲਾ ਬਣ ਕੇ ਚੱਲਿਆ ਚੱਲ ਆਪੇ
ओ तेरा गुरु आपे वाली है ओना आपे असली नकली दस देना की असली है ते की जाली है ऐ उस्तादा दिया मारा सह के मुंडे इना ग्राउंडा च ओ किवें पहुंचे केड़े खिलाड़ी ने गलबात टिकाने लाउणी आ नंबर केड़ा खिलाड़ी जोड़दा कले कले दर्शक भी आख जी इन्हों खिलाड़ियों से आ एक नंबर ग्राउंड दिया गलां बातां बखरिया बल्ले हजार रुपया हो गया भाई गलां बातां जिहड़ियां बखरिया ने उधरले पासे साडे गोपाल प्रधान जी कहिंदे ने ढाबा शुरू चलदे मैच जिते दुनिया कहते जुड़ी बैठी इन्हों मैचा के नाल मेला कहते मेरे मित्रों सफलता वालू जरा वध रहा है सुनहरी परत कहते चाड़ी जा रही है जंगल की धरती मेला भी कहते भर जो बंदे है ਟਿਕਾਣੇ
ਔਰ ਖੇਲੇ ਮੈਦਾਨ ਦੇ ਵਿੱਚ ਚਾਂਗਲੀ ਉਧਰਲੇ ਪਾਸੇ ਬਾਬਾ ਬਣਿਆ ਬੈਠਾ ਵੀ ਸਾਨੂੰ ਕਹਿੰਦੇ ਤੁਸੀਂ ਰਾਮ ਨਾਮ ਲੁੱਟ ਲੋ। ਹਾਂਜੀ ਹਾਂਜੀ ਰਾਮ ਰੇ ਮੌਜਾਂ ਲੁੱਟਦੇ ਆਓ ਸਾਨੂੰ ਦੇ ਗਿਆ ਨਾਮ ਦਾ ਜਹਾਜ ਤੇ ਆਪ ਬਾਬੇ ਭਾਈ ਜਹਾਜ ਚੜ ਗਏ ਆਓ ਸਾਨੂੰ ਕਹਿੰਦੇ ਤੁਸੀਂ ਰਾਮ ਨਾਮ ਲੁੱਟ ਲੋ ਤੇ ਆਪ ਬਾਬੇ ਮੌਜਾਂ ਲੁੱਟਦੇ ਹਰ ਉਧਰਲੇ ਪਾਸੇ ਖੇਡਦੇ ਮੈਦਾਨ ਦੇ ਵਿੱਚ ਐਨ ਕਹਿੰਦੇ ਟੀਮਾਂ ਦੋਵੇਂ ਟੋਪਦੀਆਂ ਹਾਲੇ ਕੁਝ ਨਹੀਂ ਕਹਿ ਸਕਦੇ ਵੀ ਆਹ ਟੀਮ ਨੇ ਜਿੱਤ ਜਾਣਾ ਕਿਉਂਕਿ ਟੀਮਾਂ ਦੋਵੇਂ ਜਿੱਤ ਦੇ ਨੇੜੇ ਤੇੜੇ ਆ ਜਿੱਤ ਹਾਰ ਦੇ ਫੈਸਲੇ ਜਾਂ ਚਾਰ ਦੇ ਜਵੇਰੇ ਬੈਠੇ ਲੋਕਾਂ ਨੇ ਕਰਨੇ ਆ ਜਾਂ ਫਿਰ ਇਧਰਲੇ ਪਾਸੇ ਟੀਮਾਂ ਨੂੰ ਆਪਸ ਵਿੱਚ ਪਤਾ ਵੀ ਕਿਹੜੀ ਟੀਮ ਨੇ ਜਿੱਤਣਾ ਕਿਹੜੀ ਨੇ ਹਾਰਨਾ ਪੰਦਰਾਂ ਤੇ ਉੱਨੀ ਦੀ ਟੱਕਰ ਆ ਦੋ ਨੰਬਰ ਬਾਕੀ ਨੇ ਔਰ ਜੋਗਿਆਂ ਦੀ ਟੀਮ ਦੇ ਹਿੱਸੇ ਔਰ ਸਾਹਮਣੇ ਖੇਲੇ ਮੈਦਾਨ ਦੇ ਵਿੱਚ ਦੂਜੇ ਪਾਸੇ ਚੈਨੇ ਵਾਲ ਦੇ ਮੁੰਡਿਆਂ ਦੇ ਔਰ ਪੰਦਰਾਂ ਨੰਬਰ ਨੇ ਸੋਲਵਾਂ ਜੁੜ ਗਿਆ ਸੋਲਵਾਂ ਨੰਬਰ ਜਿਹੜਾ ਜੁੜ ਗਿਆ ਖੇਡ ਦੇ ਮੈਦਾਨ ਦੇ ਅੰਦਰ ਸੋਲਾਂ ਤੇ ਉੱਨੀ ਅਠਾਰਾਂ ਬਈ ਉੱਨੀ ਉੱਨੀ ਦਾ ਜਿਹੜਾ ਮੁਕਾਬਲਾ ਖੇਡਿਆ ਜਾ ਰਿਹਾ ਸੋਲਾਂ ਤੇ ਉੱਨੀ ਨੰਬਰ ਦਾ ਜਿਹੜਾ ਮੁਕਾਬਲਾ ਆਪਾਂ ਵੇਖ ਰਹੇ ਹਾਂ ਨੰਬਰ ਸਤਾਰਵੇਂ ਦੇ ਲਈ ਭਾਲ ਚੁਣੇ ਮੁੰਡੇ ਉੱਧਰਲੇ ਪਾਸੇ ਪੰਜਾਬ ਵਾਲਾ ਸੁਧੀਰ ਮੇਰੇ ਮਿੱਤਰਾਂ ਜੀ ਜਿਹੜਾ ਮੁੰਡਿਆਂ ਨੇ ਜੋੜ ਦਿੱਤਾ ਖੇਡ ਮੈਦਾਨ ਦੇ ਵਿੱਚ ਜੁੜੂਗਾ ਅਠਾਰਾਂ ਵੀ ਇਹ ਵੀ ਗੱਲਬਾਤ ਜਿਹੜੀ ਪੱਕੀ ਹੈ ਨੰਬਰ ਅਠਾਰਵਾਂ ਵੀ ਜੁੜੂਗਾ ਇੱਕ ਅੱਧਾ ਦਾ ਢੱਬ ਜਾਂ ਢੱਬ ਵਾਲੇ ਨੇ ਜਿੰਦ ਜਾਨ ਲਾ ਦਿੱਤੀ ਹੈ
बहुत तगड़ा फाइनल यार जया लगना चाहिए पर टाइम तो लगना यह मैच बी यार होर वध जाना वालीबाल ने कच्ची ने यह मैच लगन 9-10 बजे बई फिर बानी कर गल बिलकुल बई 19 बराबर स्कोर सामने के समय की गल बन गई है हार नंबर जिन्हें भी जोड़ता बल्ले बल्ले हो जानी है आओ बल्ले बल्ले हो जानी है पर मैं कहने वाली है कवाली फड़ी है आओ सामने कभी होर फड़ने गल्ला नेड़े लग जानगियां गड्डी गड्डी है मेंडी ने मान सम्मान दे विच मान बड़ा कीता है पंजाब दे तगड़े नटमैंडा दे विच नाम है ओए राजविंदर नंबर जोड़ गया 19 बराबर फेर चेंज सोना मैच खेडा जा रही है टक्कर बड़ी तकड़ी है गल्ला कहंदे कौर भी शेरू ढाबा लास्ट पॉइंट बई लीड पट के एक नंबर उपर लाता ढाबा वाले ने चैने वाली टीम ने लास्ट पॉइंट आ गया जी जोर लै जांगे गल सदनी नहीं नसीबा ते आओ तेन फिक दे जोर लै जांगे गल सदनी नहीं नसीबा ते हैन मुंडा जोर दे नाल खेल रहा है दिमाग लास्ट पॉइंट आ गया
ਆ ਜੀ ਲਾਸਟ ਐਨ ਕਦੇ ਗੋਲੀ ਨੂੰ ਬਾਲ ਹੁੰਦੀ ਹੈ ਮੁੰਡੇ ਦੀ ਨੰਬਰ ਫਿਰ ਲਾਸਟ ਆ ਗਿਆ ਲੈ ਜੀ ਜਿੰਨੇ ਕੁ ਢਾਬਾ ਦਵਾਇਆ ਹੁੰਦੇ ਉੱਠ ਕੇ ਖੜੇ ਹੋ ਜਾਓ ਦੋ ਮੂਵੇ ਕਰਦੇ ਬਹਿਣੇ ਹੁਣ ਕਿੱਥੇ ਬਾਅਦ 12 ਮਹੀਨਿਆਂ ਦਾ ਰਹਾਂਗੇ ਨਜ਼ਾਰੇ ਆਈ ਜਾਂਦੇ ਆ ਨਜ਼ਾਰੇ ਆਈ ਜਾਂਦੇ ਆ प्रदीप का पिंड है कहने चैने नंबर लखा वर्ग है आओ सामने आ नंबर लखा वर्ग बुला दो जी मड़े मुंडे तो बेस्ट सुन लो बेरे बेस्ट जी